ਸਾਹਿਬ ਜੀ। ਸੁਕਾਉ ਹੋਟਲ ਗੁਰ ਸੇਵੀ ਐਨ ਸੁਸਹਿਜ ਸੁਭਾ ਦਰਸ਼ਨ ਪਰਸਿਆ ਜਨਮ ਮਰਨ ਦੁਖ ਜਾ ਹੋਵੈ ਸਿਫਤ ਖਸਮ ਨੂਰ ਅਰਸੋਂ ਕੁਰਸੋਂ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਨ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾ ਜਿਸ ਪਾਸ ਬੈਠਿਆ ਸਭਨਾ ਦਾ ਵੇਸਾ ਜਿਸ ਪਾਸ ਬੈਠਿਆ ਸਭਨਾ ਦਾ ਵੇਸਾ ਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੌਪਈ ਕੋਟ ਕਪੂਰੇ ਕੋ ਲਿਓ ਮਾਰੀ ਭਈ ਸਾਚ ਜਿਮ ਪ੍ਰਭੂ ਚਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸਾਧ ਸੰਗਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਜੋ ਆਪਾਂ ਲੜੀਵਾਰ ਕਥਾ ਦੇ ਅੰਦਰ ਸਰਵਣ ਕਰਨ ਵਾਸਤੇ ਸਤਿਗੁਰਾਂ ਦੇ ਦਰਬਾਰ ਵਿੱਚ ਆ ਕੇ ਬੈਠੇ ਹਾਂ। ਪਿੱਛੇ ਇਤਿਹਾਸ ਵਿੱਚ ਬਚਨ ਸਰਵਣ ਕੀਤਾ ਹੈ ਕਿ ਕਪੂਰਾ ਚੌਧਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਸ ਵੇਲੇ ਮਾਲਵੇ ਦੇ ਵਿੱਚ ਕੋਟਕਪੂਰੇ ਨਗਰਾਂ ਦੇ ਨੇੜੇ ਵਿਚਰਦੇ ਪਏ ਸਨ ਅਤੇ ਉਸ ਵੇਲੇ ਦਰਸ਼ਨ ਕਰਨ ਵਾਸਤੇ ਆਇਆ। ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਆਖਿਆ, ਕਹਿਣ ਲੱਗੇ, ਕਪੂਰੇ ਸਾਨੂੰ ਕਿਲ੍ਹਾ ਚਾਹੀਦਾ ਹੈ, ਆਪਣਾ ਕਿਲ੍ਹਾ ਦੇਵੇਂਗਾ ਅਤੇ ਅਸੀਂ ਮੁਗਲਾਂ ਨਾਲ ਜੰਗ ਕਰਾਂਗੇ। ਕਪੂਰੇ ਚੌਧਰੀ ਨੇ ਆਖਿਆ, ਮਹਾਰਾਜ ਜੇ ਕਿਲ੍ਹਾ ਤੁਹਾਨੂੰ ਦਿੰਦਾ ਹਾਂ ਤਾਂ ਮੇਰਾ ਮੁਗਲਾਂ ਨਾਲ ਵੈਰ ਪੈ ਜਾਏਗਾ ਅਤੇ ਮੁਗਲ ਮੈਨੂੰ ਫਾਂਸੀ ਲਾ ਕੇ ਮਾਰ ਦੇਣਗੇ। ਮਹਾਰਾਜ ਜੀ ਵਚਨ ਸੁਣ ਕੇ ਕਹਿਣ ਲੱਗੇ, ਫਿਰ ਮੁਗਲਾਂ ਦੇ ਹੱਥੋਂ ਹੀ ਫਾਇਆ ਲੱਗ ਕੇ ਫਾਂਸੀ ਲੱਗ ਕੇ ਮਰੇਗਾ। ਇਸ ਦੇ ਬਚਾਅ ਵਾਸਤੇ ਕੌਲ ਸੋਢੀ ਆਇਆ, ਕਹਿਣ ਲੱਗਾ, ਮਹਾਰਾਜ ਕਪੂਰੇ ਨੂੰ ਕੋਈ ਨਹੀਂ ਮਾਰ ਸਕਦਾ, ਉਹਦੀਆਂ ਜੜ੍ਹਾਂ ਮੇਰੇ ਪੇਟ ਵਿੱਚ ਨੇ। ਸਤਿਗੁਰੂ ਕਹਿਣ ਲੱਗੇ, ਕੋਈ ਗੱਲ ਨਹੀਂ, ਸੋ ਤੇਰਾ ਵੀ ਉਸ ਦੇ ਨਾਲ ਹੀ ਅਸੀਂ ਹਿਸਾਬ ਕਰਾਂਗੇ। ਇਤਿਹਾਸ ਪ੍ਰਸੰਗ ਆਪਾਂ ਪਿੱਛੇ ਸਰਵਣ ਕੀਤਾ ਹੈ। ਹੁਣ ਜਿਵੇਂ ਕਪੂਰੇ ਦੀ ਮੌਤ ਹੁੰਦੀ ਹੈ, ਉਹ ਇਤਿਹਾਸ ਆਪਾਂ ਅੱਜ ਸਰਵਣ ਕਰਾਂਗੇ। ਮਿਲ ਕੇ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇੱਕ ਦਿਨ ਬੈਠੇ ਸਤਿਗੁਰ ਦਸਕ ਸਿੰਘਾ ਸਿੰਘ ਤੇ ਆਏ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀਵਾਨ ਸਜਿਆ ਅਤੇ ਸਿੱਖ ਸੰਗਤਾਂ ਮਹਾਰਾਜ ਜੀ ਦੇ ਕੋਲ ਬੈਠੀਆਂ ਹੋਈਆਂ। ਦਸ ਕੁ ਸਿੰਘ ਕਿਸੇ ਪਾਸਿਓਂ ਬੜੀ ਕਾਹਲੀ ਕਾਹਲੀ ਚੱਲ ਕੇ ਮਹਾਰਾਜ ਦੇ ਕੋਲ ਆਏ, ਆ ਕੇ ਇਹਨਾਂ ਨੇ ਮੱਥਾ ਟੇਕਿਆ ਹੈ। ਇੱਕ ਦਿਨ ਬੈਠੇ ਸਤਿਗੁਰ ਦਸਕ ਸਿੰਘ ਤੇ ਆਏ, ਬੰਦਨ ਕਰ ਬੈਠਤ ਪਏ ਗਾਥਾ ਕਹੀ ਸੁਣਾਏ। ਸਤਿਗੁਰਾਂ ਜੀ ਨੂੰ ਮੱਥਾ ਟੇਕਿਆ, ਇੱਕ ਗਾਥਾ ਇੱਕ ਪ੍ਰਸੰਗ ਇਹਨਾਂ ਨੇ ਸੁਣਾਇਆ ਹੈ, ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਵੀ ਇੱਕ ਪੂਰੇ ਦੇ ਮਰਨ ਦੀ ਖਬਰ ਲੈ ਕੇ ਆਏ ਵੀ ਚਲੋ ਮਹਾਰਾਜ ਨੂੰ ਦੱਸੀਏ ਕਿ ਸਤਿਗੁਰੂ ਜਿਹੜੇ ਤੁਹਾਡੇ ਵਚਨ ਸਨ ਉਹ ਪੂਰੇ ਹੋਏ। ਇਸ ਤਰ੍ਹਾਂ ਦੱਸਣ ਵਾਸਤੇ ਇਹ ਦਸ ਕੁ ਸਿੰਘ ਮਹਾਰਾਜ ਦੇ ਕੋਲ ਪਹੁੰਚੇ ਹਨ। ਚੌਪਈ ਕੋਟ ਕਪੂਰੇ ਕੋ ਲਿਓ ਮਾਰੀ, ਇਹਨਾਂ ਨੇ ਆਉਂਦਿਆਂ ਹੀ ਆਖਿਆ, ਮਹਾਰਾਜ ਕਪੂਰੇ ਚੌਧਰੀ ਨੂੰ ਮਾਰ ਲਿਆ ਹੈ, ਜਿਹੜਾ ਇਹ ਕੋਟ ਕਪੂਰਾ ਸ਼ਹਿਰ ਬਣਿਆ, ਕੋਟ ਨਾਮ ਕਿਲ੍ਹੇ ਦਾ ਹੈ ਅਤੇ ਕਪੂਰਾ ਉਸਦਾ ਨਾਮ ਸੀ। ਕਪੂਰੇ ਨੇ ਕਿਲ੍ਹਾ ਬਣਾਇਆ ਸੀ ਚਾਰ ਦੀਵਾਰੀ ਕਰਕੇ ਸ਼ਹਿਰ ਦੇ,
ਦੱਸਦੇ ਪਏ ਮਹਾਰਾਜ ਕਹਿਣ ਲੱਗੇ, ਮਹਾਰਾਜ ਨੂੰ ਕਹਿਣ ਲੱਗੇ ਉਹ ਆਏ ਹੋਏ ਸਿੰਘ, ਕਹਿੰਦੇ ਜੀ ਉਸ ਕਪੂਰੇ ਚੌਧਰੀ ਨੂੰ ਮੁਗਲਾਂ ਨੇ ਮਾਰ ਲਿਆ ਹੈ। ਸਤਿਗੁਰੂ ਤੁਸੀਂ ਆਖਿਆ ਸੀ ਨਾ ਵੀ ਇਹ ਮੁਗਲਾਂ ਦੇ ਹੱਥੋਂ ਮਰੇਗਾ। ਮਹਾਰਾਜ ਕਹਿੰਦੇ ਹਾਂ ਭਾਈ, ਉਹ ਤਾਂ ਪਹਿਲਾ ਵਚਨ ਹੈ। ਕਹਿੰਦੇ ਬਸ ਉਹ ਤੁਹਾਡਾ ਵਚਨ ਪੂਰਾ ਹੋ ਗਿਆ ਮਹਾਰਾਜ, ਕਪੂਰੇ ਨੂੰ ਮੁਗਲਾਂ ਨੇ ਹੀ ਮਾਰ ਦਿੱਤਾ ਹੈ। ਡਲ ਸਿੰਘ ਬੈਠਿਓ ਨਿਰਾਰ ਸੁਨੰਤਾ, ਨਿਕਟ ਸੁਨੰਤਾ ਭਾਈ ਡਲ ਸਿੰਘ ਕੋਲ ਹੀ ਬੈਠੇ ਸਨ ਜਿਹੜੇ ਇਸ ਇਲਾਕੇ ਤਲਵੰਡੀ ਦੇ ਚੌਧਰੀ ਨੇ। ਜਦੋਂ ਉਹਨੇ ਸੁਣਿਆ ਕਿ ਮੇਰਾ ਹਮ ਰੁਤਬਾ ਹੈ, ਇਹ ਕਪੂਰਾ ਚੌਧਰੀ ਇਹ ਮਰਿਆ ਹੈ, ਉਹ ਮਰਿਆ ਵੀ ਫਾਂਸੀ ਲੱਗ ਕੇ ਹੈ, ਜਦੋਂ ਇਹ ਬਚਨ ਮਹਾਰਾਜ ਦੇ ਕੋਲ ਬੈਠਿਆਂ ਭਾਈ ਡਲ ਸਿੰਘ ਨੇ ਸੁਣੇ ਹਨ, ਇਹ ਪੁੱਛਣ ਲੱਗਾ, ਕਹਿੰਦਾ ਮਹਾਰਾਜ ਸਾਹਿਬ ਜੀ ਦੇ ਸਾਹਮਣੇ ਉਹਨਾਂ ਸਿੰਘਾਂ ਨੂੰ ਕਹਿੰਦਾ ਵੀ ਸਾਰੀ ਗੱਲ ਦੱਸੋ ਵੀ ਕਿਵੇਂ ਮਰਿਆ ਹੈ, ਕਾਰਨ ਕੀ ਬਣਿਆ ਹੈ, ਉਹ ਸਾਰੀ ਗੱਲ ਮੈਨੂੰ ਦੱਸਣਾ ਕਰੋ। ਮਾਰਿਓ ਕੋ ਚੋਰ ਪ੍ਰਸੰਗ, ਕਿੰਨੇ ਮਾਰਿਆ ਹੈ ਇਹ ਦੱਸੋ, ਮਾਰਿਆ ਕਿੰਨੇ, ਬਾਕੀ ਗੱਲਾਂ ਛੱਡ ਦਿਓ, ਬਾਕੀ ਗੱਲਾਂ ਬਾਅਦ 'ਚ ਕਰਾਂਗੇ, ਪਰ ਮੁੱਖ ਜਿਹੜੀ ਗੱਲ ਹੈ ਨਾ ਉਹ ਪਹਿਲਾਂ ਦੱਸੋ ਵੀ ਕਪੂਰੇ ਨੂੰ ਮਾਰਿਆ ਕਿੰਨੇ ਹੈ, ਕੌਣ ਉਹਦਾ ਐਡਾ ਵੱਡਾ ਦੁਸ਼ਮਣ ਜੰਮ ਪਿਆ ਅਤੇ ਕਿਸ ਤਰੀਕੇ ਦੇ ਨਾਲ ਮਾਰਿਆ ਹੈ। ਅਤੇ ਕਪੂਰੇ ਨਾਲ ਕੋਈ ਮਾੜਾ ਮੋਟਾ ਬੰਦਾ ਤਾਂ ਜੰਗ ਕਰ ਨਹੀਂ ਸਕਦਾ, ਕਿਉਂਕਿ ਇਲਾਕੇ ਦਾ ਚੌਧਰੀ ਹੈ ਅਤੇ ਬੜਾ ਵੱਡਾ ਇਲਾਕਾ ਸੀ ਇਹਦੇ ਕੋਲ, ਸਤਲੁਜ ਦਰਿਆ ਦੇ ਨਾਲ ਆ ਕੇ ਇਸ ਦੇ ਇਲਾਕੇ ਦੀਆਂ ਹੱਦਾਂ ਲੱਗਦੀਆਂ ਸਨ, ਅਤੇ ਬੜਾ ਬਲ ਵਾਲਾ ਹੈ ਇਹ ਕਪੂਰਾ ਚੌਧਰੀ। ਅਤੇ ਪੁੱਛਿਆ ਭਾਈ ਡੱਲੇ ਨੇ, ਕਹਿੰਦੇ ਵੀ ਮਾੜੇ ਮੋਟੇ ਬੰਦੇ ਤੋਂ ਤੇ ਨਹੀਂ ਉਸ ਨੂੰ ਮਾਰਿਆ ਜਾ ਸਕਦਾ, ਉਹ ਮਰਿਆ ਕਿਵੇਂ ਹੈ ਉਹਦੇ ਬਾਰੇ ਦੱਸਣਾ ਕਰੋ। ਸੁਣ ਕੇ ਸਿੰਘਨ ਸਰਬ ਸੁਣਾਇਓ, ਜਿਹੜੇ ਸਿੰਘ ਆਏ ਸਨ ਦਸ ਇਹਨਾਂ ਨੇ ਸੁਣਾਇਆ, ਕਹਿੰਦੇ ਫਿਰ ਤੁਹਾਨੂੰ ਅਸੀਂ ਸਾਰੀ ਕਹਾਣੀ ਸਾਰਾ ਪ੍ਰਸੰਗ ਜਿਵੇਂ ਜਿਵੇਂ ਹੋਇਆ ਹੈ, ਜਿਵੇਂ ਕਪੂਰੇ ਦੀ ਮੌਤ ਹੋਈ ਹੈ ਉਹ ਸਾਰੀ ਤੁਹਾਨੂੰ ਦੱਸਦੇ ਹਾਂ। ਵੇਲਾ ਢਿਲਵੀ ਬਹੁ ਚੱਲ ਆਇਓ, ਇਹ ਢਿਲਵੀ ਨਾਮ ਦਾ ਗੁਰਮੁਖੋ ਪਿੰਡ ਹੈ, ਢਿਲਵਾਂ ਪਿੰਡ ਕਹਿੰਦੇ। ਇਸ ਪਿੰਡ ਦੇ ਵਿੱਚ ਕੌਲ ਸੋਢੀ ਰਹਿੰਦਾ ਹੈ, ਕੌਲ ਸੋਢੀ ਬਾਬਾ ਪ੍ਰਿਥੀ ਚੰਦ ਜੀ ਹੋਏ ਨੇ, ਧੰਨ ਗੁਰੂ ਰਾਮਦਾਸ ਮਹਾਰਾਜ ਦੀਆਂ ਦੇ ਵੱਡੇ ਪੁੱਤਰ ਸਨ। ਇਹ ਕਹਿੰਦੇ ਸਨ ਕਿ ਗੁਰਤਾ ਗੱਦੀ ਸਾਨੂੰ ਮਿਲਣੀ ਚਾਹੀਦੀ ਹੈ, ਪਰ ਗੁਰੂ ਰਾਮਦਾਸ ਮਹਾਰਾਜ ਨੇ ਉਹ ਗੁਰਤਾ ਗੱਦੀ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਦੇ ਦਿੱਤੀ, ਅਤੇ ਇਹ ਨਾਰਾਜ਼ ਹੋ ਕੇ ਪ੍ਰਿਥੀ ਚੰਦ ਚਲੇ ਗਏ ਸਨ ਅੰਮ੍ਰਿਤਸਰ ਦੇ ਵਿੱਚੋਂ। ਬਾਦਸ਼ਾਹ ਦੇ ਅੱਗੇ ਸ਼ਿਕਾਇਤ ਕਰਕੇ ਬਾਦਸ਼ਾਹ ਨੇ ਦੋ ਪਿੰਡ ਇਹਨਾਂ ਦੇ ਨਾਮ ਦੇ ਉੱਪਰ ਪਟਾ ਕਰ ਦਿੱਤਾ ਸੀ ਵੀ ਇਹ ਲੈ ਲਵੋ। ਸੋ ਇਸ ਤਰ੍ਹਾਂ ਸਮਾਂ ਬਤੀਤ ਹੋਇਆ, ਇੱਕ ਦਿਨ ਰਾਤ ਨੂੰ ਸਾਗ ਖਾਧਾ ਇਸ ਪ੍ਰਿਥੀ ਚੰਦ ਨੇ, ਅਤੇ ਉਹਦੇ ਨਾਲ ਪੇਟ ਵਿੱਚ ਸੂਲ ਉੱਠਿਆ, ਦਰਦ ਉੱਠੀ ਹੈ, ਅਤੇ ਉਸ ਦਰਦ ਦੇ ਨਾਲ ਪ੍ਰਿਥੀ ਚੰਦ ਮਰ ਗਿਆ ਹੈ। ਪ੍ਰਿਥੀ ਚੰਦ ਦਾ ਪੁੱਤਰ ਹੋਇਆ ਮਿਹਰਵਾਨ, ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮਿਲਾਵਟ ਕਰਨੀ ਚਾਹੁੰਦਾ ਹੈ, ਪਰ ਗੁਰੂ ਪਾਤਸ਼ਾਹ ਨੇ ਕਿਰਪਾ ਕਰਕੇ ਉਸ ਮਿਲਾਵਟ ਤੋਂ ਬਾਣੀ ਨੂੰ ਬਚਾ ਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰਚਿਆ। ਇਸ ਤਰ੍ਹਾਂ ਇਹ ਪ੍ਰਿਥੀ ਚੰਦ ਦਾ ਪੁੱਤਰ ਮਿਹਰਵਾਨ ਹੈ, ਅਤੇ ਮਿਹਰਵਾਨ ਦੇ ਕੁੱਲ ਵਿੱਚੋਂ ਅੱਗੇ ਇਹ ਕੌਲ ਸੋਢੀ ਹੋਇਆ ਹੈ। ਇਹ ਢਿਲਵੀਂ ਪਿੰਡ ਵਿੱਚ ਰਹਿੰਦਾ ਹੈ, ਅਤੇ ਇੱਥੇ ਇਹਨੇ ਆਪਣੇ ਸ਼ਰਧਾਲੂ ਬੁਲਾ ਕੇ ਅਤੇ ਇਹਨੇ ਮੇਲਾ ਕਰਵਾਇਆ ਹੈ। ਸੋਢੀ ਕੌਲ ਸੋ ਮੰਜੀ ਲਾਏ, ਇੱਥੇ ਕੌਲ ਸੋਢੀ ਉਹ ਵਿਅਕਤੀ ਦਾ ਨਾਮ ਹੈ ਜਿਹੜਾ ਪ੍ਰਿਥੀ ਚੰਦ ਦੀ ਕੁੱਲ ਵਿੱਚੋਂ ਹੋਇਆ, ਪੋਤਰਾ ਕਹਿ ਲਈਏ ਪੜੋਤਰਾ ਕਹਿ ਲਈਏ, ਇਹ ਆਪਣੀ ਮੰਜੀ ਲਾ ਕੇ ਗੱਦੀ ਲਾ ਕੇ ਢਿਲਵਾਂ ਪਿੰਡ ਦੇ ਵਿੱਚ ਬੈਠਦਾ ਹੈ। ਬੈਠਿਓ ਭੇਟਾਂ ਲੋਕ ਚੜ੍ਹਾਏ, ਜਦੋਂ ਬੈਠਦਾ ਹੈ ਲੋਕ ਇਹਨੂੰ ਮੱਥਾ ਟੇਕਦੇ, ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ, ਕੌਲ ਸੋਢੀ ਨੂੰ ਇਸ ਤਰ੍ਹਾਂ ਮੱਥਾ ਟੇਕਦੇ ਸਨ, ਅਤੇ ਲੋਕ ਮਾਇਆ ਚੜ੍ਹਾਉਂਦੇ ਸਨ, ਮਾਇਆ ਅੱਗੇ ਰੱਖ ਕੇ ਨਾ ਜਿਸ ਨੂੰ ਲੋਕ ਮੱਥਾ ਟੇਕਦੇ ਹਨ। ਕਪੂਰਾ ਭੀ ਚੱਲਿਆ ਗਇਓ, ਹੁਣ ਗੁਰਮੁਖੋ ਇਹ ਜਿਹੜਾ ਕਪੂਰਾ ਚੌਧਰੀ ਹੈ ਇਹ ਗੁਰੂ ਮੰਨਦਾ ਸੀਗਾ ਕੌਲ ਸੋਢੀ ਨੂੰ ਆਪਣਾ, ਇਹਨੇ ਵੇਖਿਆ ਵੀ ਮੇਰੇ ਗੁਰੂ ਨੇ ਮੇਲਾ ਕਰਾਇਆ ਮੈਨੂੰ ਜਾਣਾ ਚਾਹੀਦਾ, ਇਹ ਥੋੜ੍ਹੇ ਜਿਹੇ ਆਪਣੇ ਬੰਦੇ ਨਾਲ ਲੈ ਕੇ ਅਤੇ ਮੇਲਾ ਵੇਖਣ ਵਾਸਤੇ ਇਹ ਵੀ ਢਿਲਵੀਂ ਪਿੰਡ ਪਹੁੰਚ ਗਿਆ ਹੈ। ਅਤੇ ਥੋੜ੍ਹੇ ਜਿਹੇ ਸੂਰਮੇ ਆਪਣੇ 100-200 ਬੰਦਾ ਨਾਲ ਲੈ ਲਿਆ ਵੀ ਚਲੋ ਬਹੁਤੇ ਕੀ ਲੈ ਕੇ ਜਾਣੇ, ਮੇਲਾ ਵੇਖਣ ਹੀ ਜਾਣਾ ਹੈ, 200-100 ਸੂਰਮੇ ਆਪਣੇ ਨਾਲ ਲੈ ਕੇ ਕਪੂਰਾ ਚੌਧਰੀ ਮੇਲੇ ਵਿੱਚ ਪਹੁੰਚ ਗਿਆ ਹੈ। ਬੈਰੀ ਬਰਗਾੜੀ ਤਿਸਲਕੇ ਰੇ, ਗੁਰਮੁਖੋ ਬਰਗਾੜੀ ਨਾਮ ਦਾ ਇੱਕ ਪਿੰਡ ਹੈ ਪਿੱਛੇ ਜੇ ਬੜਾ ਭਾਰੀ, ਉੱਥੇ ਜਿਹੜਾ ਹੈ ਸਿੰਘਾਂ ਨੇ ਇਨਸਾਫ ਦਾ ਮੋਰਚਾ ਲਾ ਛੱਡਿਆ ਹੈ, ਕਾਫੀ ਸੁਰਖੀਆਂ ਦੇ ਵਿੱਚ ਉਹ ਪਿੰਡ ਰਿਹਾ ਹੈ। ਕਹਿਣ ਲੱਗੇ ਬਰਗਾੜੀ ਪਿੰਡ ਵਾਲੇ ਜਿਹੜੇ ਸਨ
ਇੱਕ ਪੂਰੇ ਦੇ ਦੁਸ਼ਮਣ ਸਨ, ਪਹਿਲਾਂ ਤੋਂ ਕੋਈ ਇਹਨਾਂ ਦੀ ਦੁਸ਼ਮਣੀ ਬਣੀ ਹੋਈ ਹੈ। ਸ਼ਰੀਕਾ ਮਰੇ ਅਗੇਰੇ, ਇਹਨਾਂ ਦਾ ਸ਼ਰੀਕਾ ਸੀ ਆਪਸ ਵਿੱਚ, ਅਤੇ ਪਹਿਲਾਂ ਵੀ ਇੱਕ ਦੂਜੇ ਨੂੰ ਇਹਨਾਂ ਨੇ ਮਰਨ ਮਾਰਿਆ ਹੈ। ਇਤਿਹਾਸ ਵਿੱਚ ਤੁਸੀਂ ਬਚਨ ਸਰਵਣ ਕੀਤਾ ਹੈ ਕਿ ਇੱਕ ਪੂਰੇ ਦਾ ਭਤੀਜਾ ਜਦੋਂ ਪਿੰਡੋਂ ਨਿਕਲਿਆ ਨਾ, ਅਤੇ ਉਹਨੇ ਵੇਖਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬੈਠੇ, ਅਤੇ ਮਹਾਰਾਜ ਦੇ ਕੋਲ ਦੁੱਧ ਦੇ ਘੜੇ ਲੈ ਕੇ ਆ ਗਿਆ ਮੱਥਾ ਟੇਕਣ ਵਾਸਤੇ। ਮਹਾਰਾਜ ਨੇ ਪੁੱਛਿਆ, ਕਹਿੰਦੇ ਕਿੱਧਰ ਚੱਲਿਆ? ਕਹਿੰਦਾ ਜੀ ਚਾਚੇ ਨਾਲ ਲੜਾਈ ਕਰਨ ਚੱਲਿਆ ਕਪੂਰੇ ਦੇ ਨਾਲ। ਮਹਾਰਾਜ ਕਹਿੰਦੇ ਸਾਡਾ ਵਚਨ ਮੰਨ, ਕਿਸੇ ਦੇ ਨਾਲ ਨਹੀਂ ਜਾਣਾ ਹੈ, ਅੱਜ ਤੂੰ ਸੇਵਾ ਕੀਤੀ ਹੈ, ਕੱਲ੍ਹ ਨੂੰ ਘਰ ਰਵੀਂ, ਥੋੜ੍ਹੇ ਦਿਨਾਂ ਵਿੱਚ ਤੇਰੀ ਆਪੇ ਫਤਿਹ ਹੋ ਜਾਣੀ ਹੈ, ਪਰ ਤੂੰ ਜਾਈ ਨਾ ਕਿਸੇ ਪਾਸੇ। ਕਹਿਣ ਲੱਗਾ ਮਹਾਰਾਜ ਤੁਹਾਡਾ ਵਚਨ ਮੰਨਦਾ ਮੈਂ ਨਹੀਂ ਜਾਂਦਾ। ਅਗਲੇ ਦਿਨ ਕਪੂਰੇ ਦੇ ਬੰਦਿਆਂ ਨੇ ਆ ਕੇ ਪਿੰਡ ਨੂੰ ਘੇਰਾ ਪਾ ਲਿਆ, ਇਹ ਆਪ ਤਾਂ ਨਾ ਗਿਆ, ਇਹਨੇ ਆਪਣੇ ਬੰਦੇ ਭੇਜੇ। ਗੁਰੂ ਗੋਬਿੰਦ ਸਿੰਘ ਦਾ ਵਚਨ ਇਹ ਹੈ ਵੀ ਮੈਂ ਨਹੀਂ ਜਾਣਾ ਜੰਗ ਲੜਨ ਵਾਸਤੇ, ਮੇਰੇ ਬੰਦੇ ਜੰਗ ਲੜਨ ਮੇਰੀ ਥਾਂ 'ਤੇ। ਜਦੋਂ ਬਾਹਰ ਗੋਲੀ ਚੱਲਦੀ ਪਈ ਹੈ ਅਤੇ ਘਰ ਵਾਲੀ ਨੇ ਮਿਹਣਾ ਮਾਰਿਆ ਵੀ ਤੂੰ ਘਰ ਲੋਕੇ ਬੈਠਾ ਹੈ, ਦੁਸ਼ਮਣ ਤਾਂ ਬਾਹਰ ਆ ਗਿਆ ਹੈ, ਉਹ ਘਰ ਆ ਕੇ ਗੱਲ ਪੈਣਗੇ ਅਤੇ ਫਿਰ ਹੀ ਬਾਹਰ ਨਿਕਲਣਾ ਹੈ, ਜਾ ਬਾਹਰ ਜਾ ਕੇ ਤੂੰ ਵੀ ਜੰਗ ਕਰ। ਇਹ ਜਦੋਂ ਕਪੂਰੇ ਦਾ ਭਤੀਜਾ ਬਾਹਰ ਨਿਕਲਿਆ ਲੜਨ ਵਾਸਤੇ ਅਤੇ ਜੰਗ ਕਰਦਿਆਂ ਅਤੇ ਗੋਲੀ ਵੱਜੀ, ਅਤੇ ਗੋਲੀ ਵੱਜਣ ਦੇ ਨਾਲ ਇਹਦੀ ਮੌਤ ਹੋ ਗਈ। ਕੋਈ ਬੰਦਾ ਵੇਖਦਾ ਪਿਆ ਸੀ, ਉਹ ਦੌੜ ਕੇ ਆਇਆ ਮਹਾਰਾਜ ਦੇ ਕੋਲ ਦਸਵੇਂ ਪਾਤਸ਼ਾਹ ਨੂੰ, ਕਹਿਣ ਲੱਗਾ ਪਾਤਸ਼ਾਹ ਉਹ ਜਿਹੜਾ ਭਤੀਜਾ ਸੀਗਾ ਕਪੂਰੇ ਦਾ ਗੋਲੀ ਲੱਗ ਕੇ ਮਰ ਗਿਆ ਹੈ। ਮਹਾਰਾਜ ਨੇ ਬਚਨ ਸੁਣਿਆ ਅਤੇ ਮਹਾਰਾਜ ਨੇ ਆਪਣੀ ਮੁੱਠ ਬੰਦ ਕਰ ਲਈ। ਪਾਤਸ਼ਾਹ ਕਹਿੰਦੇ ਨਹੀਂ ਮਰਿਆ ਨਹੀਂ, ਉਹ ਜਿਉਂਦਾ ਹੈ। ਦੁਬਾਰਾ ਫਿਰ ਕਹਿੰਦਾ ਨਹੀਂ ਜੀ ਮੈਂ ਵੇਖ ਕੇ ਆਇਆ ਚੰਗੀ ਤਰ੍ਹਾਂ, ਉਹ ਤਾਂ ਮਰ ਹੀ ਗਿਆ ਹੈ, ਮੈਂ ਵੇਖਿਆ ਹੈ। ਪਾਤਸ਼ਾਹ ਦੂਜੀ ਵਾਰੀ ਕਹਿੰਦੇ ਨਹੀਂ ਉਹ ਮਰਿਆ ਨਹੀਂ, ਅਜੇ ਜਿਉਂਦਾ ਹੈ। ਤੀਜੀ ਵਾਰੀ ਫਿਰ ਬੋਲਿਆ, ਕਹਿਣ ਲੱਗਾ ਮਹਾਰਾਜ ਉਹ ਪਰਿਵਾਰ ਵਾਲੇ ਤਾਂ ਲੱਕੜਾਂ ਇਕੱਠੀਆਂ ਕਰਦੇ ਪਏ, ਉਹ ਤਾਂ ਸੰਸਕਾਰ ਕਰਨ ਲੱਗੇ, ਨਹੀਂ ਮਰ ਹੀ ਗਿਆ ਹੈ, ਮੈਂ ਚੰਗੀ ਤਰ੍ਹਾਂ ਵੇਖ ਕੇ ਆਇਆ। ਜਦੋਂ ਤੀਜੀ ਵਾਰੀ ਆਖਿਆ ਨਾ ਵੀ ਉਹ ਮਰ ਹੀ ਗਿਆ, ਮਹਾਰਾਜ ਨੇ ਆਪਣੇ ਹੱਥਾਂ ਦੀ ਮੁੱਠ ਖੋਲ੍ਹ ਦਿੱਤੀ, ਕਹਿਣ ਲੱਗੇ ਚੱਲ ਫਿਰ ਜੇ ਤੇਰਾ ਇਹੋ ਹੀ ਕਹਿਣਾ, ਉਦੋਂ ਨਹੀਂ ਮਰਿਆ ਹੁਣ ਮਰਿਆ ਹੈ, ਅਸੀਂ ਉਹਦੇ ਭੌਰ ਨੂੰ ਹੱਥ ਵਿੱਚ ਲੈ ਕੇ ਬੈਠੇ ਹੋਏ, ਉਹਨੂੰ ਅਸੀਂ ਜ਼ਿੰਦਗੀ ਦੇਣੀ ਹੈ, ਪਰ ਤੂੰ ਵਾਰ ਵਾਰ ਇੱਕੇ ਗੱਲ 'ਤੇ ਤੁਰਿਆ ਹੁੰਦਾ ਵੀ ਮਰ ਹੀ ਗਿਆ ਮਰ ਹੀ ਗਿਆ, ਜੇ ਤੂੰ ਨਹੀਂ ਚਾਹੁੰਦਾ ਤਾਂ ਚੱਲ ਫਿਰ ਅਸੀਂ ਵੀ ਕਹਿ ਦਿੰਦੇ ਹਾਂ ਮਰ ਗਿਆ। ਇਸ ਤਰ੍ਹਾਂ ਉਹ ਭਤੀਜਾ ਮਰਿਆ ਸੀ ਅਤੇ ਉਹਨਾਂ ਦੇ ਮਨ ਵਿੱਚ ਗੁੱਸਾ ਸੀ ਵੀ ਅਸੀਂ ਬਦਲਾ ਲੈਣਾ ਹੈ, ਇਹ ਵੀ ਚਲੇ ਗਏ ਢਿਲਵਾਂ ਪਿੰਡ ਵਿੱਚ ਮੇਲਾ ਵੇਖਣ ਵਾਸਤੇ ਆਪਣੇ ਬੰਦੇ ਲੈ ਕੇ, ਉਧਰੋਂ ਕਪੂਰਾ ਚੌਧਰੀ ਵੀ ਚਲੇ ਗਿਆ, ਦੋਨੇ ਦੁਸ਼ਮਣ ਧੜੇ ਜਿਹੜੇ ਨੇ ਮੇਲੇ ਵਿੱਚ ਪਹੁੰਚ ਗਏ ਹਨ। ਉਹ ਵੀ ਚੱਲ ਆਏ ਵਿੱਚ ਮੇਲੇ, ਉਹ ਵੀ ਮੇਲੇ ਵਿੱਚ ਆ ਗਏ ਅਤੇ ਉਸ ਵੇਲੇ ਇਸ ਤਰ੍ਹਾਂ ਮਿਲੇ ਹਨ। ਸੋ ਗੁਰਮੁਖੋ ਕਹਿਣ ਲੱਗੇ ਵੀ ਇਹ ਜਿਨ੍ਹਾਂ ਨੂੰ ਪਹਿਲਾਂ ਦੁੱਖ ਦਿੱਤਾ ਸੀ ਨਾ, ਉਹਨਾਂ ਨਾਲ ਫਿਰ ਕਦੇ ਮੇਲਾ ਨਹੀਂ ਹੁੰਦਾ, ਅਤੇ ਸ਼ਰੀਕੇ ਦਾ ਤਾਂ ਸਾਗ ਹੀ ਇਹੋ ਜਿਹਾ ਹੁੰਦਾ ਵੀ ਇੱਕ ਵਾਰੀ ਝਗੜਾ ਪੈ ਜਾਵੇ ਫਿਰ ਸੂਤਰ ਨਹੀਂ ਆਉਂਦਾ ਹੈ। ਹੁਣ ਪਹਿਲਾਂ ਇੱਕ ਦੂਜੇ ਦੇ ਬੰਦੇ ਮਾਰੇ ਸਨ ਅਤੇ ਹੁਣ ਦੁਬਾਰਾ ਮੇਲ ਕਿੱਥੋਂ ਹੋਵੇ, ਹੁਣ ਉਹ ਭਰਾਵਾਂ ਵਾਲਾ ਮੇਲ ਤਾਂ ਨਹੀਂ ਹੋਵੇਗਾ, ਪਰ ਦੁਸ਼ਮਣਾਂ ਵਾਲਾ ਮੇਲ ਜ਼ਰੂਰ ਹੋਣਾ ਹੈ। ਪਾਨ ਸ਼ਰਾਬ ਕਰੀ ਦਿਸਦੇ ਹੋ, ਅਤੇ ਦੋਵਾਂ ਪਾਸਿਆਂ ਤੋਂ ਬੰਦਿਆਂ ਨੇ ਸ਼ਰਾਬ ਪੀ ਲਈ, ਜਿਹੜੇ ਕਪੂਰੇ ਦੇ ਨਾਲ ਗਏ ਉਹ ਵੀ ਸ਼ਰਾਬ ਦੇ ਵਿੱਚ ਅੰਨੇ ਹੋ ਗਏ, ਜਿਹੜੇ ਬਰਗਾੜੀ ਵਾਲੇ ਗਏ ਜਦੋਂ ਫ੍ਰੀ ਦੀ ਪੀਣ ਨੂੰ ਮਿਲੇ ਅਤੇ ਜਿਹੜਾ ਨਹੀਂ ਵੀ ਪੀਂਦਾ ਉਹ ਕਹਿੰਦਾ ਚੱਲ ਆਪਾਂ ਵੀ ਗਲਾਸੀ ਭਰੀਏ। ਦੋਵਾਂ ਪਾਸਿਆਂ ਤੋਂ ਸ਼ਰਾਬ ਪੀ ਕੇ ਅਤੇ ਸ਼ਰਾਬ ਦੇ ਵਿੱਚ ਬਹੁਤੇ ਅੰਨੇ ਹੋ ਗਏ, ਮਸਤ ਹੋ ਗਏ ਹਨ। ਵੈਰ ਕਹਿਣ ਲੱਗੇ ਪਿਛਲੀਆਂ ਵੈਰ ਦੀਆਂ ਗੱਲਾਂ ਚੇਤੇ ਆ ਗਈਆਂ, ਜਦੋਂ ਸ਼ਰਾਬ ਪੀਤੀ ਨਾ ਤਾਂ ਪਿਛਲੀਆਂ ਗੱਲਾਂ ਚੇਤੇ ਆ ਗਈਆਂ ਵੀ ਇਹਨਾਂ ਨੇ ਸਾਡਾ ਬੰਦਾ ਮਾਰਿਆ, ਉਹ ਕਹਿੰਦੇ ਸਾਡਾ ਬੰਦਾ ਮਾਰਿਆ, ਪਿਛਲੀਆਂ ਪੁਰਾਣੀਆਂ ਗੱਲਾਂ ਵੈਰ ਦੀਆਂ ਚੇਤੇ ਕਰਕੇ ਫਿਰ ਉਸ ਵੇਲੇ ਭਾਈ ਸੰਤੋਖ ਸਿੰਘ ਕਹਿੰਦੇ ਪਹਿਲਾਂ ਤਾਂ ਇੱਕ ਦੂਜੇ ਨੂੰ ਗਾਲ ਮੰਦਾ ਕੀਤਾ, ਮਾੜਾ ਬੋਲੇ, ਮਿਹਣੇ ਦਿੱਤੇ, ਤੂੰ ਸਾਡਾ ਬੰਦਾ ਮਾਰਿਆ ਅਸੀਂ ਇਉਂ ਕਰ ਦਿਆਂਗੇ। ਉਹ ਕਹਿੰਦੇ ਤੁਸੀਂ ਸਾਡਾ ਮਾਰਿਆ ਅਸੀਂ ਇਸ ਤਰ੍ਹਾਂ ਕਰ ਦਿਆਂਗੇ, ਪਹਿਲਾਂ ਤਾਂ ਜ਼ੁਬਾਨੀ ਕਲਾਮੀ ਜਿਹੜਾ ਹੈ ਉਹ ਬੋਲ ਬਲਈਆ ਹੋਇਆ, ਗਾਲਾਂ ਮੰਦਾ ਦਿੱਤਾ ਇੱਕ ਦੂਜੇ ਨੂੰ, ਮਿਹਣੇ ਤਾਣੇ ਦਿੱਤੇ, ਸ਼ਰਾਬ ਦੇ ਨਸ਼ੇ ਵਿੱਚ ਪਹਿਲਾਂ ਇਸ ਤਰ੍ਹਾਂ ਬੋਲੇ ਹਨ, ਅਤੇ ਉਸ ਵੇਲੇ ਦੋਵਾਂ ਪਾਸਿਆਂ ਤੋਂ ਫਿਰ ਗਾਲਾਂ ਕੱਢਣ ਲੱਗ ਪਏ ਇੱਕ ਦੂਜੇ ਦਾ ਨਾਮ ਲੈ ਕੇ, ਜਦੋਂ ਗਾਲਾਂ ਕੱਢੀਆਂ ਤਾਂ ਉਹ ਫਿਰ ਹੋਰ ਜ਼ਿਆਦਾ ਜਿਹੜਾ ਸੀ ਗੁੱਸਾ ਮਨਾਂ ਵਿੱਚ ਵਧਿਆ ਹੈ, ਦੋਵਾਂ ਪਾਸਿਆਂ ਤੋਂ ਈਰਖਾ ਵੱਧ ਗਈ, ਹੁਣ ਵੇਖਣਾ ਹੀ ਨਹੀਂ ਚਾਹੁੰਦੇ, ਇਹ ਗਾਲ ਦਿੰਦਾ ਮੈਂ ਇਹਨੂੰ ਮਾਰ ਹੀ ਦੇਣਾ ਹੈ, ਉਹ ਕਹਿੰਦਾ ਮੈਨੂੰ ਗਾਲ ਦਿੰਦਾ ਮੈਂ ਮਾਰ ਦੇਣਾ ਹੈ।
ਦੋਵਾਂ ਪਾਸਿਆਂ ਤੋਂ ਐਸੀ ਈਰਖਾ ਵਧੀ ਹੈ ਕਿ ਦੋਵਾਂ ਪਾਸਿਆਂ ਦੇ ਬੰਦੇ ਇੱਕ ਦੂਜੇ ਨੂੰ ਵੇਖਣਾ ਨਹੀਂ ਚਾਹੁੰਦੇ ਹਨ। ਅਯੋਧ ਚੱਲੇ ਚੱਲਣ ਤਿਸਥੇਰੀ, ਤੇ ਗੁਰਮੁਖੋ ਫਿਰ ਦੋਵਾਂ ਪਾਸਿਆਂ ਤੋਂ ਹਥਿਆਰ ਚੱਲ ਪਏ, ਕੱਢ ਲਈਆਂ ਤਲਵਾਰਾਂ ਫਿਰ ਮਿਆਨਾ ਚੋਂ ਬਾਹਰ, ਤੇ ਉਸ ਵੇਲੇ ਆਹਮਣੇ ਸਾਹਮਣੇ ਦੀ ਫਿਰ ਇਹਨਾਂ ਨੇ ਤਲਵਾਰ ਵਾਹੀ ਹੈ। ਜਵਾਲਾ ਬਮਣੀ ਬਿੰਦ ਚਲਾਈ, ਜਵਾਲਾ ਬਮਣੀ ਬੰਦੂਕ ਨੂੰ ਕਹਿੰਦੇ। ਜਦੋਂ ਤਲਵਾਰਾਂ ਤੋਂ ਕੰਮ ਪਰੇ ਉੜ ਗਿਆ, ਫਿਰ ਬੰਦੂਕਾਂ ਫੜ ਲਈਆਂ ਵੀ ਆਓ ਤੁਹਾਨੂੰ ਵੇਖਦੇ ਹਾਂ। ਇੱਕ ਦੂਜੇ ਵੱਲ ਵੇਖ ਵੇਖ ਕੇ ਇਹਨਾਂ ਨੇ ਬੰਦੂਕਾਂ ਵਿੱਚੋਂ ਗੋਲੀਆਂ ਚਲਾਈਆਂ ਹਨ। ਮਰੇ ਕਿਤਕ ਪਚ ਪਰੀ ਲੜਾਈ, ਤੇ ਗੁਰਮੁਖੋ ਫਿਰ ਕਈ ਮਰ ਗਏ। ਹੁਣ ਬੰਦੂਕ ਨੇ ਥੋੜ੍ਹੀ ਪੁੱਛਣਾ ਵੀ ਅੱਗੇ ਭਰਾ ਖਲੋਤਾ ਕਿ ਭਤੀਜਾ ਖਲੋਤਾ। ਜਿੱਧਰ ਨੂੰ ਬੰਦੂਕ ਦਾ ਮੂੰਹ ਹੋਇਆ ਗੋਲੀ ਚੱਲੀ, ਕਈ ਫਿਰ ਸ਼ਰਾਬ ਦੇ ਨਸ਼ੇ ਵਿੱਚ ਇਸ ਤਰ੍ਹਾਂ ਗੋਲੀਆਂ ਵੱਜ ਕੇ ਮਰ ਗਏ ਹਨ। ਇਹ ਜਦੋਂ ਕੌਲ ਰਾਏ ਸੋਢੀ ਨੂੰ ਪਤਾ ਲੱਗਾ ਨਾ ਵੀ ਮੇਲੇ ਵਿੱਚ ਰੌਲਾ ਪੈ ਗਿਆ, ਹੁਣ ਮੇਲਾ ਬੜਾ ਵੱਡਾ ਸੀਗਾ, ਜਦੋਂ ਗੋਲੀ ਚੱਲੀ ਠਾਹ ਠਾਹ ਹੋਈ ਤਾਂ ਉਹਨੂੰ ਆਵਾਜ਼ ਸੁਣੀ ਵੀ ਇਹ ਕੀ ਬਣਿਆ ਹੈ। ਅਤੇ ਕਿਸੇ ਚੇਲੇ ਨੇ ਜਾ ਕੇ ਦੱਸਿਆ ਜੀ ਤੁਹਾਡੇ ਮੇਲੇ ਵਿੱਚ ਦੋ ਗੁੱਟਾਂ ਦੀ ਲੜਾਈ ਹੋ ਗਈ ਹੈ, ਬੰਦੂਕ ਚੱਲਦੀ ਵੀ ਦੋਵਾਂ ਪਾਸਿਆਂ ਤੋਂ। ਹੁਣ ਕੌਲ ਸੋਢੀ ਮੁੱਖ ਹੈ, ਮੇਲਾ ਉਹਨੇ ਕਰਵਾਇਆ, ਉਹਨੇ ਵੇਖਿਆ ਵੀ ਜ਼ਿੰਮੇਵਾਰੀ ਤਾਂ ਮੇਰੀ ਹੈ। ਇਸ ਤਰ੍ਹਾਂ ਆਪਣੀ ਜ਼ਿੰਮੇਵਾਰੀ ਜਾਣ ਕੇ ਵਿਗੜਿਓ ਮੇਲਾ ਤਰਾਸ ਵਡੇਰਾ, ਉਸਨੇ ਸੋਚਿਆ ਵੀ ਇਹ ਮੇਲਾ ਤਾਂ ਵਿਗੜ ਗਿਆ ਹੈ, ਲੋਕ ਤਾਂ ਭੱਜ ਜਾਣਗੇ, ਹੁਣ ਗੋਲੀ ਚੱਲੀ ਹੈ ਅਤੇ ਬਾਅਦ ਵਿੱਚ ਕਿਸੇ ਨੇ ਮੇਲੇ 'ਚ ਆਉਣਾ ਨਹੀਂ, ਅਤੇ ਨਾਲੇ ਗੋਲੀ ਜਦੋਂ ਚੱਲੇਗੀ ਉਹ ਜਿਹੜਾ ਵੀ ਲੰਘੇਗਾ ਉਹਨੂੰ ਹੀ ਵੱਜ ਜਾਣੀ। ਗੋਲੀ ਨੇ ਥੋੜ੍ਹੀ ਪੁੱਛਣਾ ਵੀ ਇਹ ਮੇਲਾ ਵੇਖਣ ਆਇਆ ਕਿ ਲੜਾਈ ਕਰਨ ਆਇਆ ਹੈ। ਕੌਲ ਸੋਢੀ ਨੇ ਵੇਖਿਆ ਵੀ ਇਹ ਤਾਂ ਗੋਲੀ ਚੱਲਦੀ, ਬੰਦੇ ਮਰਦੇ ਪਏ ਹਨ। ਅਭੈ ਰਾਮ ਨੰਦਨ ਸ਼੍ਰੀ ਰਾਮ, ਉਸ ਵੇਲੇ ਭਾਈ ਅਭੈ ਰਾਮ ਨੂੰ ਭੇਜਿਆ। ਇਹ ਜਿਹੜੇ ਸ਼੍ਰੀ ਰਾਮ ਦਾ ਪੁੱਤਰ ਸੀਗਾ, ਅਭੈ ਰਾਮ ਦੇ ਪੁੱਤਰ ਸ਼੍ਰੀ ਰਾਮ ਨੂੰ, ਅਭੈ ਰਾਮ ਜਿਹੜਾ ਹੈ ਉਹਦਾ ਪੁੱਤਰ ਹੈ ਸ਼੍ਰੀ ਰਾਮ, ਉਹਨੂੰ ਭੇਜਿਆ ਵੀ ਜਾ ਕੇ ਵੇਖ ਵੀ ਲੜਾਈ ਹੁੰਦੀ ਕਿਉਂ ਪਈ ਹੈ ਅਤੇ ਜਾ ਕੇ ਹਟਾ ਦੇ, ਹਟਾਉਣ ਵਾਸਤੇ ਭੇਜਿਆ ਹੈ। ਜੋ ਯੁੱਧ ਹਟਾਏ ਕਾਮ, ਹਟੈਵੇ ਕਾਮ ਭੇਜਿਆ ਵੀ ਜਾ ਕੇ ਲੜਾਈ ਬੰਦ ਕਰਾ, ਵਿੱਚ ਜਾ ਕੇ ਵਿਚੋਲਾ ਬਣ, ਦੋਵਾਂ ਪਾਸਿਆਂ ਦੀਆਂ ਧਿਰਾਂ ਬਿਠਾ ਦੇ, ਨਹੀਂ ਮੰਨਦੇ ਤਾਂ ਉਹਨਾਂ ਨੂੰ ਕਹੋ ਵੀ ਆਪੋ ਆਪਣੇ ਘਰ ਜਾਓ ਅਤੇ ਆਪਣੇ ਪਿੰਡ ਵਿੱਚ ਜਾ ਕੇ ਲੜਾਈ ਕਰੋ, ਪਰ ਇੱਥੇ ਨਾ ਕਰੋ। ਇਸ ਤਰ੍ਹਾਂ ਉਸ ਵੇਲੇ ਆਪਣਾ ਕੋਲੋਂ ਇੱਕ ਬੰਦਾ ਭੇਜਿਆ ਹੈ, ਉਸ ਵੇਲੇ ਇਹ ਚਲਾ ਗਿਆ ਗੁਰਮੁਖੋ ਜਿਹੜਾ ਸ਼੍ਰੀ ਰਾਮ ਹੈ, ਇਹਨੇ ਜਾ ਕੇ ਦੋਵਾਂ ਪਾਸਿਆਂ ਦੇ ਬੰਦਿਆਂ ਨੂੰ ਤਾੜਿਆ, ਤੁਸੀਂ ਸਾਡੇ ਮੇਲੇ ਵਿੱਚ ਆ ਕੇ ਕਿਉਂ ਲੜਾਈ ਕਰਦੇ ਹੋ, ਕਿਉਂ ਗਾਲਾਂ ਦਿੰਦੇ ਹੋ, ਇਹ ਮੇਲਾ ਅਸੀਂ ਕਰਵਾਇਆ ਹੈ। ਦੋਵਾਂ ਧੜਿਆਂ ਨੂੰ ਇਸਨੇ ਝਿੜਕਿਆ, ਜਾ ਕੇ ਦਬਕਾਇਆ ਅਤੇ ਰੁਕਿਆ ਵੀ ਲੜਾਈ ਨਾ ਕਰਨਾ ਕਰੋ। ਘਰ ਮੈਂ ਕਿਮ ਜੰਗ ਮਚਾਵਾ, ਇਹ ਗੁਰੂ ਦਾ ਘਰ ਹੈ ਅਤੇ ਗੁਰੂ ਘਰ ਵਿੱਚ ਜੰਗ ਕਿਉਂ ਕਰਦੇ ਹੋ, ਅਸੀਂ ਤਾਂ ਗੁਰੂ ਪਾਤਸ਼ਾਹ ਦੇ ਪਰਿਵਾਰ ਵਿੱਚੋਂ ਹਾਂ, ਗੁਰੂ ਰਾਮਦਾਸ ਦੇ ਕੁੱਲ ਵਿੱਚੋਂ ਹਾਂ, ਸਾਡੇ ਘਰ ਆ ਕੇ ਤੁਸੀਂ ਲੜਾਈ ਕਰਦੇ ਹੋ, ਕਿਉਂ ਕਰਦੇ ਪਏ ਹੋ, ਗੁਰੂ ਘਰ ਆ ਕੇ ਲੜਾਈ ਨਹੀਂ ਕਰੀਦੀ ਹੈ। ਇਸ ਤਰ੍ਹਾਂ ਜਾ ਕੇ ਇਸ ਜਿਹੜਾ ਸ਼੍ਰੀ ਰਾਮ ਹੈ ਇਹਨੇ ਜਾ ਕੇ ਸਮਝਾਇਆ ਹੈ, ਨਿਜ ਘਰ ਗਮਨੋਂ ਕਰੋ ਲੜਾਈ, ਬੜੀ ਸਿਆਣੀ ਗੱਲ ਕੀਤੀ, ਕਹਿਣ ਲੱਗਾ ਜਾਓ ਆਪਣੇ ਘਰ ਲੜਾਈ ਕਰਨੀ ਹੈ ਅਤੇ ਆਪੋ ਆਪਣੇ ਪਿੰਡਾਂ 'ਚ ਚਲੇ ਜਾਓ, ਤੁਹਾਡੀ ਮੇਲੇ ਵਿੱਚ ਸਾਨੂੰ ਲੋੜ ਨਹੀਂ ਹੈ, ਆਪਣੇ ਪਿੰਡਾਂ ਵਿੱਚ ਜਾ ਕੇ ਲੜਾਈ ਕਰੋ, ਪਰ ਮੇਲੇ ਵਿੱਚ ਲੜਾਈ ਕਰਨੀ ਬਣਦੀ ਨਹੀਂ ਹੈ। ਹਟ ਜਾਵੋ ਕਿਉਂ ਧੂਮ ਮਚਾਈ, ਤੇ ਕਿਉਂ ਤੁਸੀਂ ਇੱਥੇ ਧੁੰਮ ਮਚਾਈ, ਕਿਉਂ ਤੁਸੀਂ ਗਦਰ ਮਚਾਇਆ, ਕਿਉਂ ਤੁਸੀਂ ਰੌਲਾ ਪਾਉਂਦੇ ਪਿਓ, ਹਟੋ। ਬੰਦੂਕਾਂ ਖੋਹਣ ਲੱਗ ਪਿਆ ਇੱਕ ਪਾਸੇ ਦੀਆਂ, ਦੂਜੇ ਪਾਸੇ ਦੀਆਂ ਵੀ ਬੰਦੂਕਾਂ ਖੋਹਣ ਲੱਗ ਪਿਆ, ਰੱਖੋ ਬੰਦੂਕਾਂ ਸਾਰੇ ਜਾਣੇ ਇੱਥੇ, ਕੋਈ ਨਹੀਂ ਗੋਲੀ ਚਲਾਏਗਾ, ਕੋਈ ਨਹੀਂ ਇੱਥੇ ਲੜਾਈ ਕਰੇਗਾ। ਇਸ ਤਰ੍ਹਾਂ ਜਾ ਕੇ ਸ਼੍ਰੀ ਰਾਮ ਨੇ ਸਮਝਾਇਆ ਹੈ। ਹੁਣ ਗੁਰਮੁਖੋ ਜਦੋਂ ਲੜਾਈ ਬੰਦ ਕਰਾਉਣੀ ਹੈ ਤਾਂ ਬੰਦੇ ਨੂੰ ਭੱਜਣਾ ਤਾਂ ਪਏਗਾ ਨਾ, ਕਦੇ ਇਸ ਧੜੇ ਦੇ ਕੋਲ ਜਾਂਦਾ ਬਸ ਕਰੋ ਹੁਣ ਗੋਲੀ ਨਾ ਚਲਾਓ, ਕਦੇ ਦੂਜੇ ਧੜੇ ਕੋਲ ਜਾਂਦਾ ਬਸ ਕਰੋ ਗੋਲੀ ਨਾ ਚਲਾਓ, ਇੱਧਰਲਿਆਂ ਨੂੰ ਵੀ ਰੋਕਦਾ ਪਿਆ ਫਿਰ ਉੱਧਰਲਿਆਂ ਨੂੰ ਰੋਕਦਾ ਪਿਆ, ਦੋਵਾਂ ਪਾਸਿਆਂ ਦੇ ਵਿੱਚ ਭੱਜਿਆ ਹੀ ਫਿਰਦਾ ਹੈ ਲੜਾਈ ਰੋਕਣ ਵਾਸਤੇ। ਸ਼ਰਾਬੀ ਰਿਪ ਅਤ ਹੱਤ ਮਤ, ਗੁਰਮੁਖੋ ਜਦੋਂ ਬੰਦਾ ਸ਼ਰਾਬ ਪੀ ਲੈਂਦਾ ਹੈ ਨਾ ਅਤੇ ਫਿਰ ਉਹਦੀ ਮੱਤ ਮਾਰੀ ਜਾਂਦੀ ਹੈ। ਵੈਸੇ ਸ਼ਰਾਬ ਦਾ ਜਿਹੜਾ ਅਰਥ ਹੈ ਉਹ ਲੋਕਾਂ ਨੇ ਇਹੋ ਹੀ ਕੀਤਾ ਹੈ, ਸ਼ਰ ਆਬ ਤੋਂ ਭਾਵ ਹੈ ਸ਼ਰਾਰਤ ਦਾ ਪਾਣੀ, ਆਬ ਪਾਣੀ ਨੂੰ ਕਹਿੰਦੇ ਨੇ, ਅਤੇ ਸ਼ਰ ਕਹੀਏ ਸ਼ਰਾਰਤ, ਜਿਸ ਪਾਣੀ ਨੂੰ ਪੀ ਕੇ ਸ਼ਰਾਰਤ ਸੁੱਝੇ ਉਹਨੂੰ ਕਹਿੰਦੇ ਸ਼ਰਾਬ ਪੀਤੀ ਹੈ। ਸੋ ਵਿਦਵਾਨਾਂ ਨੇ ਇਹਦੇ ਅੱਖਰੀ ਅਰਥ ਇਹੋ ਹੀ ਕੱਢੇ ਨੇ, ਸ਼ਰ ਆਬ ਸ਼ਰਾਰਤ ਦਾ ਪਾਣੀ। ਇਹਨੇ ਜਾ ਕੇ ਫਿਰ ਰੋਕਿਆ ਦੋਵਾਂ ਪਾਸੇ ਦੇ ਬੰਦਿਆਂ ਨੂੰ, ਪਰ ਉਹਨਾਂ ਨੇ ਸ਼ਰਾਰਤ ਦਾ ਪਾਣੀ ਪੀਤਾ, ਉਹ ਰੁਕਦੇ ਥੋੜ੍ਹੀ, ਸ਼ਰਾਬੀ ਬੰਦਾ ਥੋੜ੍ਹੀ ਰੁਕਦਾ, ਸ਼ਰਾਬੀ ਬੰਦਾ ਤਾਂ ਬੋਲਣ ਲੱਗ ਪਵੇ ਤਾਂ ਬੋਲਣੋਂ ਨਹੀਂ ਚੁੱਪ ਹਟਦਾ, ਲੜਨ ਲੱਗ ਪਵੇ ਤਾਂ ਫਿਰ ਉਹਨੇ ਕਿੱਥੇ ਕਰਨਾ। ਉਹ ਸ਼ਰਾਬ ਦੇ ਨਸ਼ੇ ਵਿੱਚ ਸਨ, ਇਹ ਹਟਾਉਂਦਾ ਤਾਂ ਪਿਆ ਵੀ ਲੜਾਈ ਨਾ ਕਰੋ,
ਪਰ ਉਹ ਸ਼ਰਾਬ ਨੇ ਮਾਤੀ ਮਾਰ ਦਿੱਤੀ ਉਹਨਾਂ ਦੀ, ਉਹ ਕਿਸੇ ਦੀ ਗੱਲ ਸੁਣਦੇ ਨਹੀਂ ਹਨ। ਜਵਾਲਾ ਬੰਮਣੀ ਤਾਂਕੇ ਚਲਾਈ, ਉਸ ਵੇਲੇ ਉਹਨਾਂ ਨੇ ਬੰਦੂਕ ਚਲਾਈ, ਉਹ ਆਦੇ ਵੈਸੇ ਨਹੀਂ ਹਟਣਾ, ਅਸੀਂ ਤਾਂ ਲੜਾਂਗੇ ਇੱਥੇ, ਇਹਨਾਂ ਨੂੰ ਮਾਰ ਕੇ ਹੀ ਅਸੀਂ ਚੁੱਪ ਕਰਨਾ ਹੈ। ਦੂਜਾ ਧੜਾ ਕਹਿੰਦਾ ਵੀ ਅਸੀਂ ਮਾਰ ਕੇ ਤਾਂ ਪਿੱਛੇ ਹਟਣਾ, ਅਸੀਂ ਨਹੀਂ ਹਟਣਾ ਜੰਗ ਤੋਂ, ਅਸੀਂ ਤਾਂ ਮਰ ਮਰਾ ਕੇ ਹੀ ਹਟਾਂਗੇ। ਇਸ ਤਰ੍ਹਾਂ ਕਹਿ ਕੇ ਬੰਦੂਕ ਚਲਾ ਦਿੱਤੀ ਹੈ। ਦਿਨੋ ਸ੍ਰੀ ਰਾਮ ਗਰਾਈ, ਅਤੇ ਗੁਰਮੁਖੋ ਜਿਹੜਾ ਛਡਾਉਣ ਗਿਆ ਸੀ ਨਾ, ਉਹਦੇ ਗੋਲੀ ਜਾ ਕੇ ਟਿਕਾਣੇ ਦੇ ਵੱਜੀ ਅਤੇ ਉਹ ਮਰ ਗਿਆ। ਜਿਹੜਾ ਛਡਾਉਣ ਗਿਆ ਵੀ ਸਾਡੇ ਮੇਲੇ ਵਿੱਚ ਨਾ ਲੜੋ, ਜਾਓ ਘਰੇ ਜਾ ਕੇ ਲੜੋ, ਕਿਸੇ ਸ਼ਰਾਬੀ ਨੇ ਸ਼ਰਾਬ ਦੇ ਨਸ਼ੇ ਵਿੱਚ ਗੋਲੀ ਚਲਾਈ ਤਾਂ ਛਡਾਵੇ ਨੂੰ ਹੀ ਮਾਰ ਦਿੱਤਾ ਵੀ ਪਹਿਲਾਂ ਇਹਨੂੰ ਮਾਰੋ। ਇਹ ਲੜਾਈ ਬੰਦ ਕਰਾਉਂਦਾ ਪਿਆ, ਆਪਣੇ ਗੁਰੂ ਦੇ ਪਰਿਵਾਰ ਦੇ ਮੈਂਬਰ ਨੂੰ ਹੀ ਮਾਰ ਦਿੱਤਾ, ਮਾਰ ਦਿਓ, ਇਹ ਲੜਾਈ ਕਿਉਂ ਛਡਾਉਂਦਾ? ਇਸ ਤਰ੍ਹਾਂ ਸ਼੍ਰੀ ਰਾਮ ਦੀ ਮੌਤ ਹੋ ਗਈ ਹੈ। ਮਾਨਵ ਤਪ ਦੌਰੇ ਗਏ, ਜਦੋਂ ਲੋਕਾਂ ਨੂੰ ਪਤਾ ਲੱਗਾ ਵੀ ਇਹ ਕੌਲ ਸੋਢੀ ਦਾ ਪੋਤਰਾ ਮਰ ਗਿਆ ਹੈ, ਲੋਕ ਫਿਰ ਦੌੜ ਕੇ ਗਏ ਦੱਸਣ ਵਾਸਤੇ, ਕੌਲ ਸੋਢੀ ਜਿਹਨੇ ਮੇਲਾ ਕਰਾਇਆ ਨਾ, ਵੀ ਤੇਰੇ ਪੋਤਰੇ ਨੂੰ ਗੋਲੀ ਮਾਰ ਦਿੱਤੀ ਹੈ। ਮਰੇ ਉਠਾਏ ਸੋ ਲਿਆ ਪਏ, ਤੇ ਕੁਝ ਜਿਹੜੇ ਸਨ ਉਹਨਾਂ ਨੇ ਮਰੇ ਸ਼੍ਰੀ ਰਾਮ ਨੂੰ ਚੁੱਕ ਲਿਆ ਅਤੇ ਚੁੱਕ ਕੇ ਲੈ ਆਏ ਬਾਹਰ ਮੇਲੇ ਤੋਂ, ਜਿੱਥੇ ਬੈਠਾ ਸੀ ਨਾ ਗੁਰੂ ਇਹਨਾਂ ਦਾ ਕੌਲ ਸੋਢੀ, ਉਹਦੇ ਕੋਲ ਜਾ ਕੇ ਮਰੇ ਦਾ ਸਰੀਰ ਲੈ ਕੇ ਪਹੁੰਚੇ ਹਨ। ਸੋਢੀ ਉੱਪਰ ਗਹਿਰਿਸ ਭਾਕੇ, ਬਾਕੀ ਸੋਢੀਆਂ ਭਰਾਵਾਂ ਨੂੰ ਗੁੱਸਾ ਚੜ ਗਿਆ ਵੀ ਸਾਡਾ ਤਾਂ ਕਸੂਰ ਹੀ ਕੋਈ ਨਹੀਂ, ਅਸੀਂ ਤਾਂ ਲੜਾਈ ਬੰਦ ਕਰਾਈ ਹੈ, ਬੰਦ ਕਰਾਉਣ ਦੇ ਵਿੱਚ ਹੀ ਸਾਡਾ ਬੰਦਾ ਮਾਰਤਾ। ਬਾਕੀ ਸੋਢੀਆਂ ਨੂੰ ਵੀ ਗੁੱਸਾ ਆ ਗਿਆ, ਉਹ ਕਹਿੰਦੇ ਲਿਆਓ ਬੰਦੂਕਾਂ ਆਪਣੀਆਂ ਵੀ ਕੱਢ ਕੇ, ਆਪਾਂ ਹੁਣ ਇਹਨਾਂ ਨੂੰ ਮਾਰ ਕੇ ਹੀ ਪਿੱਛੇ ਮੁੜਨਾ। ਲੜਾਈ ਘਟਨੀ ਕੀ ਹੈ, ਸਗੋਂ ਵੱਧ ਗਈ, ਦੋ ਧੜੇ ਤਾਂ ਪਹਿਲਾਂ ਹੀ ਲੜਦੇ ਪਏ, ਹੁਣ ਤੀਜਾ ਧੜਾ ਵੀ ਖੜ੍ਹਾ ਹੋ ਗਿਆ ਵੀ ਸਾਡਾ ਬੰਦਾ ਮਾਰਿਆ, ਬਿਨਾਂ ਕਸੂਰ ਤੋਂ ਮਾਰਿਆ। ਫਿਰ ਉਹ ਆਪਣੀਆਂ ਬੰਦੂਕਾਂ ਚੁੱਕ ਲਿਆਏ ਹਨ, ਤਰਜਤ ਗਾਲ ਨਿਕਲ ਕੇ ਇੱਕ ਦੂਜੇ ਨੂੰ ਫਿਰ ਗਾਲਾਂ ਕੱਢਦੇ, ਤੂੰ ਸਾਡਾ ਬੰਦਾ ਮਾਰਿਆ, ਅਸੀਂ ਇਹ ਕਰ ਦਿਆਂਗੇ, ਦੂਜਾ ਕਹਿੰਦਾ ਮੈਂ ਉਹ ਕਰ ਦਿਆਂਗੇ, ਇੱਕ ਦੂਜੇ ਨੂੰ ਗਾਲਾਂ ਕੱਢਦੇ ਅਤੇ ਰੋਕਦੇ ਪਏ ਹਨ। ਸ੍ਰੀ ਰਾਮ ਸਸਕਾਰ ਲੱਗੇ, ਗੁਰਮੁਖੋ ਫਿਰ ਉਹਨਾਂ ਨੇ ਵੇਖਿਆ ਵੀ ਲੜਾਈ ਤਾਂ ਲੰਮੀ ਪੈ ਗਈ ਹੈ, ਆਪਾਂ ਬੰਦੇ ਦਾ ਸਸਕਾਰ ਕਰੀਏ ਜਿਹੜਾ ਮਰ ਗਿਆ। ਸ਼੍ਰੀ ਰਾਮ ਦੇ ਵਾਸਤੇ ਚਿਖਾ ਤਿਆਰ ਕੀਤੀ, ਲੱਕੜਾਂ ਇਕੱਠੀਆਂ ਕਰਕੇ ਜਦੋਂ ਸੰਸਕਾਰ ਕਰਨ ਲੱਗੇ ਹਨ, ਕੋਲ ਬਹੁ ਸੰਕਟ ਭਾਗੇ, ਤੇ ਕੌਲ ਸੋਢੀ ਕੋਲ ਹੀ ਖਲੋਤਾ ਹੈ, ਉਹਨੂੰ ਬੜਾ ਹੀ ਦੁੱਖ ਹੈ ਵੀ ਮੇਰਾ ਪੋਤਰਾ ਮਰ ਗਿਆ ਹੈ ਬਿਨਾਂ ਕਾਰਨ ਤੋਂ, ਸਾਡੇ ਮੇਲੇ ਵਿੱਚ ਆ ਕੇ ਇਹਨਾਂ ਨੇ ਸਾਡਾ ਹੀ ਬੰਦਾ ਮਾਰ ਦਿੱਤਾ। ਕੌਲ ਸੋਢੀ ਬੜਾ ਦੁੱਖ ਵਿੱਚ ਹੈ ਕਿ ਸਾਡਾ ਇਹਨਾਂ ਨੇ ਬੰਦਾ ਮਾਰਿਆ ਹੈ। ਬੋਲਿਓ ਨਹੀਂ ਦਾਹੂੰ ਇਸ ਕਰੀਏ, ਉਸ ਵੇਲੇ ਬੋਲਿਓ, ਕਹਿੰਦਾ ਵੀ ਇਹਦਾ ਸੰਸਕਾਰ ਨਹੀਂ ਕਰਨਾ ਹੈ। ਕੌਲ ਸੋਢੀ ਬੋਲਿਆ ਚਿਖਾ ਨਾ ਤਿਆਰ ਕਰੋ, ਇਹਦਾ ਸੰਸਕਾਰ ਨਹੀਂ ਕਰਨਾ ਹੈ। ਕਿਸੇ ਨੇ ਪੁੱਛਿਆ ਵੀ ਇਹ ਮਰੇਦਾ ਹੁਣ ਕੀ ਕਰਨਾ, ਇਹ ਤਾਂ ਸਾੜਨਾ ਹੀ ਪਵੇਗਾ ਨਾ, ਤੁਸੀਂ ਕਹਿੰਦੇ ਹੋ ਸੰਸਕਾਰ ਨਹੀਂ ਕਰਨਾ, ਜੇ ਸੰਸਕਾਰ ਨਹੀਂ ਕਰਨਾ ਤਾਂ ਫਿਰ ਕਰਨਾ ਕੀ ਹੈ, ਕਿਸੇ ਨੇ ਪੁੱਛਿਆ ਹੈ। ਅਪਰ ਵਿਗਨ ਕਛ ਹੋਏ ਵਿਚਾਰੀਏ, ਕੌਲ ਸੋਢੀ ਕਹਿੰਦਾ ਮੇਰਾ ਅਨੁਭਵ ਇਹ ਗੱਲ ਕਹਿੰਦਾ ਵੀ ਅਜੇ ਹੋਰ ਕੋਈ ਬਿਪਤਾ ਪੈਣੀ ਹੈ, ਇੱਕ ਬੰਦਾ ਤਾਂ ਆਪਣਾ ਮਰ ਗਿਆ, ਆਪਾਂ ਇਹਦਾ ਸੰਸਕਾਰ ਦਾ ਇੰਤਜ਼ਾਮ ਕਰਦੇ ਪਏ ਹਾਂ, ਪਰ ਮੈਨੂੰ ਲੱਗਦਾ ਵੀ ਅਜੇ ਇੱਕ ਬਿਪਤਾ ਹੋਰ ਪੈਣੀ ਹੈ, ਅਜੇ ਹੋਰ ਕੋਈ ਨਾ ਕੋਈ ਮੁਸੀਬਤ ਪੈਣ ਵਾਲੀ ਹੈ, ਇਹ ਮੇਰੇ ਮਨ ਨੂੰ ਕਹਿੰਦਾ ਵੀ ਇਸ ਤਰ੍ਹਾਂ ਕੁਝ ਪਤਾ ਲੱਗਾ ਹੈ। ਰਾਤੀ ਬਾਯੂ ਲੱਗੇ ਮੁਝੇ ਅੰਗ, ਉਸ ਵੇਲੇ ਪੁੱਛਿਆ ਬਾਕੀ ਬੰਦਿਆਂ ਸੋਢੀਆਂ ਨੇ ਵੀ ਇਹ ਤੁਸੀਂ ਕਿਵੇਂ ਕਹਿ ਦਿੱਤਾ ਹੈ ਜੀ, ਕਹਿਣ ਲੱਗਾ ਮੇਰੇ ਸਰੀਰ ਨੂੰ ਨਾ ਤੱਤੀ ਹਵਾ ਲੱਗਦੀ, ਜਦੋਂ ਹਵਾ ਲੱਗਦੀ ਹੈ ਤਾਂ ਸੇਕ ਪੈਂਦਾ ਮੇਰੇ ਸਰੀਰ ਨੂੰ, ਮੈਂ ਇੱਥੋਂ ਜਾਣਿਆ ਵੀ ਕੋਈ ਨਾ ਕੋਈ ਮਾੜਾ ਕੰਮ ਅਜੇ ਹੋਰ ਹੋਣ ਵਾਲਾ ਹੈ, ਕੋਈ ਮੁਸੀਬਤ ਆਪਣੇ 'ਤੇ ਫਿਰ ਪੈਣ ਵਾਲੀ ਹੈ। ਤਹੇ ਗੁਰ ਮਾਰੇ ਠਨ ਜੰਗ, ਜਿੱਥੇ ਗੁਰੂ ਮਾਰੇ ਜੰਗ ਕਰਦੇ ਪਏ, ਇਹ ਜਿਹੜਾ ਹੈ ਕਪੂਰਾ ਚੌਧਰੀ ਅਤੇ ਬਰਗਾੜੀ ਵਾਲੇ ਜਿੱਥੇ ਲੜਦੇ ਪਏ ਸਨ, ਕੌਲ ਸੋਢੀ ਕਹਿੰਦਾ ਉਹ ਗੁਰੂ ਮਾਰੇ ਨੇ ਜਿਹੜੇ ਆਪਸ ਵਿੱਚ ਇਸ ਤਰ੍ਹਾਂ ਲੜਦੇ ਪਏ ਹਨ। ਪਰਿਵਾਰ ਹਟਾਉਣ ਗਏ, ਮੇਰਾ ਪਰਿਵਾਰ ਤਾਂ ਹਟਾਉਣ ਗਿਆ ਸੀ ਵੀ ਨਾ ਕਰੋ ਜੰਗ ਭਾਈ, ਮੇਰੇ ਬੱਚੇ ਹਟਾਉਣ ਗਏ ਅਤੇ ਮੇਰੇ ਬੱਚੇ ਨੂੰ ਗੋਲੀ ਮਾਰਤੀ ਇਹਨਾਂ ਨੇ, ਅਸੀਂ ਤਾਂ ਸਗੋਂ ਲੜਾਈ ਬੰਦ ਕਰਾਉਂਦੇ ਪਏ ਹਾਂ। ਮੈਂ ਬਖੇੜਾ ਮਿਲ ਉਪਜਾਇਓ, ਅਤੇ ਇਹ ਤਾਂ ਬੜਾ ਵੱਡਾ ਬਖੇੜਾ ਪੈ ਗਿਆ, ਝਗੜਾ ਪੈ ਗਿਆ, ਅਸੀਂ ਤਾਂ ਆਪਣਾ ਬੰਦਾ ਮਰਵਾ ਲਿਆ, ਇਹੋ ਜਿਹਾ ਮੇਲਾ ਤਾਂ ਨਾ ਹੀ ਕਰਾਉਂਦੇ, ਮੇਰਾ ਤਾਂ ਬੱਚਾ ਮੇਲੇ ਵਿੱਚ ਮਰ ਗਿਆ ਹੈ। ਕਿਤਨੇ ਮੈਂ ਨਾ ਦੌਰ 'ਤੇ ਆਇਆ, ਅਜੇ ਗੱਲ ਹੁੰਦੀ ਪਈ ਹੈ, ਇੱਕ ਬੰਦਾ ਭੱਜਿਆ ਹੀ ਆਇਆ ਕੌਲ ਸੋਢੀ ਦੇ ਕੋਲ, ਸਾਹ ਚੜਿਆ ਹੋਇਆ, ਅਤੇ ਕੌਲ ਸੋਢੀ ਨੇ ਪੁੱਛਿਆ ਵੀ ਕੀ ਗੱਲ ਹੈ, ਤੂੰ ਕਾਹਤੋਂ ਭੱਜ ਕੇ ਆਇਆ, ਅਤੇ ਉਹਨੇ ਆ ਕੇ ਫਿਰ ਖਬਰ ਦਿੱਤੀ ਹੈ। ਕੌਲ ਸਮੀਪ ਦੁੱਖ ਬਚਕਾਵਾ, ਉਸਨੇ ਕੌਲ ਸੋਢੀ ਕੋਲ ਜਾ ਕੇ ਬੜਾ ਦੁੱਖ ਵਾਲਾ ਬਚਨ ਕਹਿਣ ਲੱਗਾ, ਜੀ ਬੜੀ ਮਾੜੀ ਖਬਰ ਲੈ ਕੇ ਆਇਆ ਮੈਂ, ਮੈਨੂੰ ਖਬਰ ਹੁਣੇ ਹੀ ਮਿਲੀ ਹੈ, ਲੜਾਈ ਅਜੇ ਬੰਦ ਨਹੀਂ ਹੋਈ ਪਰ ਲੜਾਈ ਵਿੱਚ ਇੱਕ ਬੰਦਾ ਹੋਰ ਮਰ ਗਿਆ ਹੈ, ਮੈਂ ਉਹਦੀ ਖਬਰ ਲੈ ਕੇ ਆਇਆ ਹਾਂ। ਸ਼੍ਰੀ ਰਾਮ ਕੋ ਅਨੁਜ
ਪ੍ਰਜਾਪਤ। ਉਸ ਵੇਲੇ ਕੌਲ ਸੋਢੀ ਨੇ ਪੁੱਛਿਆ ਵੀ ਹੁਣ ਕੀ ਹੋਇਆ? ਕਹਿੰਦੇ ਜੀ ਇਹਦਾ ਛੋਟਾ ਭਰਾ ਵੀ ਮਰ ਗਿਆ ਜੇ, ਜਿਹਦਾ ਤੁਸੀਂ ਸੰਸਕਾਰ ਕਰਦੇ ਫਿਰਦੇ ਹੋ ਨਾ ਆਪਣੇ ਇਸ ਪੁੱਤਰ ਦਾ ਸ਼੍ਰੀ ਰਾਮ ਦਾ, ਇਹਦੇ ਭਰਾ ਨੂੰ ਵੀ ਉਹਨਾਂ ਨੇ ਮਾਰ ਦਿੱਤਾ ਗੋਲੀ ਮਾਰ ਕੇ, ਦੋ ਮਰ ਗਏ ਨੇ। ਇਸ ਤਰ੍ਹਾਂ ਇਹ ਤੁਹਾਡੇ ਪੋਤਰੇ ਕੌਲ ਸੋਢੀ ਨੂੰ ਦੱਸਣ ਵਾਲੇ ਨੂੰ ਦੱਸਿਆ ਵੀ ਇੱਕ ਤੇ ਆ ਤੇ ਉੱਥੇ ਮਰਿਆ ਪਿਆ, ਮੈਂ ਵੇਖ ਕੇ ਆਇਆ ਹਾਂ। ਗੋਲੀ ਲੱਗੀ ਤੁਰਤ ਹੀ ਪਾਹਤ, ਹੁਣ ਗੋਲੀ ਗੁਰਮੁਖੋ ਜੇ ਟਿਕਾਣੇ ਤੇ ਲੱਗੇ ਤੇ ਫਿਰ ਬੰਦਾ ਸਾਹ ਨਹੀਂ ਲੈਂਦਾ। ਉਹਨੇ ਦੱਸਿਆ ਵੀ ਗੋਲੀ ਉਹਨੂੰ ਵੱਜ ਗਈ ਹੈ ਤੇ ਉਹ ਮਰ ਗਿਆ ਤੇ ਮੈਂ ਮਰੇ ਨੂੰ ਵੇਖ ਕੇ ਆਇਆ ਹਾਂ। ਜਾਏ ਉਠਾਇਓ ਤਾਛਿਨ ਲਗਾਏ, ਉਸ ਵੇਲੇ ਫਿਰ ਬੰਦੇ ਭੇਜੇ ਕਹਿੰਦੇ ਜਿਹੜਾ ਮਰ ਗਿਆ ਲਿਆਓ ਚੱਕ ਕੇ ਫਿਰ ਉਹਦਾ ਵੀ ਨਾਲ ਹੀ ਸੰਸਕਾਰ ਕਰੀਏ। ਇੱਕ ਭਰਾ ਦਾ ਤੇ ਪਹਿਲਾਂ ਹੀ ਕਰਨ ਲੱਗੇ ਸ਼੍ਰੀ ਰਾਮ ਦਾ, ਹੁਣ ਪ੍ਰਜਾਪਤ ਛੋਟਾ ਭਰਾ ਵੀ ਮਰ ਗਿਆ। ਕਹਿੰਦੇ ਚਲੋ ਫਿਰ ਉਹਦਾ ਸਰੀਰ ਵੀ ਲਿਆਓ, ਉਹਦਾ ਵੀ ਭਾਈ ਇੱਥੇ ਸੰਸਕਾਰ ਕਰਨਾ ਕਰੀਏ। ਸਭ ਸੋਢੀਆਂ ਕਸ਼ਟ ਬਹੁ ਪਾਏ, ਸੋਢੀਆਂ ਨੂੰ ਬੜਾ ਦੁੱਖ ਹੈ ਵੀ ਅਸੀਂ ਤੇ ਹਟਾਉਣ ਵਾਸਤੇ ਗਏ, ਸਾਡੇ ਦੋ ਬੰਦੇ ਇਹਨਾਂ ਨੇ ਮਾਰ ਦਿੱਤੇ। ਇਸ ਤਰ੍ਹਾਂ ਦੋ ਬੰਦਿਆਂ ਦੇ ਮਰਨ ਦੀ ਖਬਰ ਸੁਣ ਕੇ ਬੜੇ ਦੁਖੀ ਹੋਏ ਹਨ। ਦੋਨੋਂ ਕੋ ਇਕੱਠੇ ਸੰਸਕਾਰ, ਭਾਈ ਸੰਤੋਖ ਸਿੰਘ ਜੀ ਕਹਿੰਦੇ ਫਿਰ ਇੱਕੋ ਚਿਖਾ ਦੇ ਵਿੱਚ ਦੋਨਾਂ ਭਰਾਵਾਂ ਦਾ ਸੰਸਕਾਰ ਕੀਤਾ, ਉੱਥੇ ਹੀ ਸ਼੍ਰੀ ਰਾਮ ਨੂੰ ਅਤੇ ਉੱਥੇ ਹੀ ਪ੍ਰਜਾਪਤ ਨੂੰ, ਦੋਨਾਂ ਨੂੰ ਇਕੱਠਿਆਂ ਨੂੰ ਇੱਕੇ ਚਿਖਾ ਦੇ ਉੱਪਰ ਲਟਾ ਕੇ ਉਸ ਵੇਲੇ ਫਿਰ ਅਗਨੀ ਵਿਖਾਈ ਹੈ। ਅਭੈ ਰਾਮ ਤਬ ਸਰਾਪ ਉਚਾਰਾ, ਜਿਹੜਾ ਅਭੈ ਰਾਮ ਹੈ ਜਿਹਦੇ ਦੋ ਪੁੱਤਰ ਮਰੇ ਨੇ, ਉਹਨੇ ਫਿਰ ਸ਼ਰਾਪ ਦਿੱਤਾ, ਕਹਿਣ ਲੱਗਾ ਵੀ ਜਿਹਨੇ ਮੇਰੇ ਦੋ ਪੁੱਤਰ ਮਾਰ ਦਿੱਤੇ ਨਾ, ਮੇਰੇ ਪੁੱਤਰਾਂ ਦਾ ਕੀ ਕਸੂਰ ਹੈ? ਇਹ ਤਾਂ ਜੰਗ ਹਟਾਉਣ ਗਏ ਸਨ, ਸਮਝਾਉਣ ਗਏ, ਸਮਝਾਉਣ ਵਾਲਿਆਂ ਨੂੰ ਗੋਲੀ ਮਾਰ ਦਿੱਤੀ ਹੈ, ਜਿਨ੍ਹਾਂ ਨੇ ਮੇਰੇ ਪੁੱਤਰਾਂ ਨੂੰ ਗੋਲੀ ਮਾਰੀ ਹੈ ਮੈਂ ਉਹਨਾਂ ਨੂੰ ਸ਼ਰਾਪ ਦਿੰਦਾ ਹਾਂ। ਮਾਰੇ ਦੋਹੇ, ਜਿਨ੍ਹਾਂ ਨੇ ਮੇਰੇ ਦੋ ਪੁੱਤਰ ਮਾਰੇ ਨੇ ਬਿਨਾਂ ਕਿਸੇ ਕਸੂਰ ਤੋਂ, ਜਿਨ੍ਹਾਂ ਜਿਨ੍ਹਾਂ ਬੰਦਿਆਂ ਨੇ ਮੇਰੇ ਪੁੱਤਰਾਂ ਦੇ ਉੱਪਰ ਗੋਲੀ ਚਲਾਈ ਹੈ, ਇਸ ਪਾਪ ਦਾ ਤੁਹਾਨੂੰ ਫਲ ਮਿਲੇਗਾ। ਇਹ ਜਿਹੜਾ ਪਾਪ ਕੀਤਾ ਨਾ ਮੇਰੇ ਦੋ ਪੁੱਤਰ ਮਾਰ ਕੇ, ਮੈਂ ਸ਼ਰਾਪ ਦਿੰਦਾ ਹਾਂ ਤੁਹਾਨੂੰ ਇਹਨਾਂ ਦੋਵਾਂ ਬੱਚਿਆਂ ਦੇ ਮਾਰਨ ਦਾ ਫਲ ਇਸ ਤਰ੍ਹਾਂ ਫਿਰ ਮਿਲਣਾ ਹੈ। ਪੂਰਬ ਸ਼ਰਾਪ ਦਸਮ ਪਾਤਸ਼ਾਹ, ਉਸ ਵੇਲੇ ਪੁੱਛਿਆ ਇਹ ਮਾਰੇ ਕਿੰਨੇ ਨੇ? ਕਹਿੰਦੇ ਜੀ ਕਪੂਰੇ ਦੇ ਬੰਦਿਆਂ ਵੱਲੋਂ ਤੁਹਾਡੇ ਬੰਦੇ ਮਰੇ। ਉਹਨੇ ਫਿਰ ਦਸਵੇਂ ਪਾਤਸ਼ਾਹ ਦਾ ਬਚਨ ਚੇਤੇ ਕੀਤਾ, ਕਹਿਣ ਲੱਗੇ ਭੈ ਰਾਮ ਨੇ ਆਖਿਆ ਤੁਹਾਨੂੰ ਦਸਵੇਂ ਪਾਤਸ਼ਾਹ ਦਾ ਸ਼ਰਾਪ ਹੈ ਕਿ ਤੁਸੀਂ ਫਾਈ ਲਾ ਕੇ ਮਰਨਾ ਹੈ, ਇਹ ਤਾਂ ਦਸਵੇਂ ਪਾਤਸ਼ਾਹ ਦਾ ਸ਼ਰਾਪ ਹੈ, ਤੁਸੀਂ ਫਾਈ ਲਾ ਕੇ ਮਰਨਾ, ਪਰ ਇਹਦੇ ਵਿੱਚ ਇੱਕ ਮੇਰਾ ਵੀ ਸ਼ਰਾਪ ਹੈ, ਮੈਂ ਵੀ ਇੱਕ ਸ਼ਰਾਪ ਹੋਰ ਦਿੰਦਾ ਤੁਹਾਨੂੰ। ਤੇ ਉਸ ਵੇਲੇ ਆਖਿਆ ਹੈ ਮਰੇ ਤੁਰਕ ਤੈ ਲੈ ਕਰ ਫਾਹਾ, ਤੁਹਾਨੂੰ ਮੁਗਲ ਮਾਰਨਗੇ, ਇਹ ਦਸਵੇਂ ਪਾਤਸ਼ਾਹ ਨੇ ਆਖਿਆ ਸੀ। ਜਦੋਂ ਕਪੂਰੇ ਤੋਂ ਕਿਲ੍ਹਾ ਮੰਗਿਆ ਸੀ ਨਾ ਮਹਾਰਾਜ ਨੂੰ, ਉਹਨੇ ਆਖਿਆ ਨਹੀਂ ਦੇ ਸਕਦਾ ਜੀ, ਮੁਗਲ ਮੈਨੂੰ ਫਾਈ ਲਾ ਦੇਣਗੇ। ਅਤੇ ਮਹਾਰਾਜ ਨੇ ਆਖਿਆ ਸੀ ਚੰਗਾ ਫਿਰ ਤੈਨੂੰ ਮੁਗਲ ਹੀ ਫਾਈ ਲਾਉਣਗੇ, ਤੂੰ ਉਹਨਾਂ ਦੇ ਕੋਲੋਂ ਹੀ ਮਰੇਗਾ। ਭੈ ਰਾਮ ਨੇ ਆਖਿਆ ਇਹ ਦਸਵੇਂ ਪਾਤਸ਼ਾਹ ਦਾ ਸ਼ਰਾਪ ਹੈ, ਤੁਹਾਨੂੰ ਫਾਂਸੀ ਲਾ ਕੇ ਤੁਸੀਂ ਮਰਨਾ, ਪਰ ਇਹਦੇ ਵਿੱਚ ਇੱਕ ਮੈਂ ਵੀ ਤੁਹਾਨੂੰ ਸ਼ਰਾਪ ਦਿੰਦਾ ਹਾਂ, ਬਚਨ ਆਖਿਆ ਹੈ ਤੋਬਰਾ ਬਦਨ ਚੜਾਵਾ, ਮੇਰਾ ਸ਼ਰਾਪ ਇਹ ਹੈ ਗੰਦਗੀ ਦਾ ਟੋਕਰਾ ਤੇਰੇ ਮੂੰਹ ਦੇ ਉੱਪਰ ਚੜਾਉਣਗੇ। ਐ ਕਪੂਰੇ ਚੌਧਰੀ ਫਾਂਸੀ ਤਾਂ ਲੱਗਣੀ ਹੈ, ਮਰਨਾ ਤਾਂ ਹੈ, ਮਰਨ ਤੋਂ ਪਹਿਲਾਂ ਗੰਦਗੀ ਜਿਹੜੀ ਹੈ ਨਾ ਵਿਸ਼ਟਾ ਇਕੱਠੀ ਕਰਕੇ ਬੰਦਿਆਂ ਦੀ, ਉਹਦਾ ਟੋਕਰੇ ਵਿੱਚ ਪਾ ਕੇ ਉਹਨੂੰ ਲਿਫਾਫੇ 'ਚ ਪਾ ਕੇ ਜਾਂ ਕਿਸੇ ਹੋਰ ਇਹੋ ਜਿਹੀ ਥਾਂ ਦੇ ਵਿੱਚ ਪਾ ਕੇ ਤੇਰੇ ਮੂੰਹ ਦੇ ਉੱਪਰ ਉਹ ਗੰਦਗੀ ਵਾਲਾ ਕੱਪੜਾ ਪਹਿਲਾਂ ਪਾਇਆ ਜਾਏਗਾ ਅਤੇ ਫਿਰ ਤੇਰੇ ਗਲ ਵਿੱਚ ਫਾਈ ਪਾਈ ਜਾਵੇਗੀ ਅਤੇ ਫਿਰ ਤੂੰ ਮਰੇਗਾ। ਇਹ ਸ਼ਰਾਪ ਦਿੱਤਾ, ਫਾਂਸੀ ਤਾਂ ਤੈਨੂੰ ਪਹਿਲਾਂ ਵੀ ਲੱਗਣੀ ਹੈ, ਦਸਵੇਂ ਪਾਤਸ਼ਾਹ ਦਾ ਵਚਨ ਹੈ, ਪਰ ਮੇਰਾ ਵਚਨ ਇਹ ਹੈ ਵੀ ਗੰਦਗੀ ਤੇਰੇ ਮੂੰਹ ਦੇ ਉੱਪਰ ਪਾਈ ਜਾਵੇਗੀ, ਵਿਸ਼ਟਾ ਬੰਦਿਆਂ ਦੀ ਵਿਸ਼ਟਾ ਜਿਹੜੀ ਹੈ ਉਹ ਤੇਰੇ ਮੂੰਹ ਦੇ ਉੱਪਰ ਪਾ ਕੇ ਉੱਪਰ ਦੀ ਕੱਪੜਾ ਪਾ ਕੇ ਅਤੇ ਫਿਰ ਤੈਨੂੰ ਫਾਈ ਲਾਇਆ ਜਾਵੇਗਾ, ਇਹ ਤੈਨੂੰ ਮੈਂ ਸ਼ਰਾਪ ਦਿੰਦਾ ਹਾਂ। ਭੈ ਰਾਮ ਨੇ ਇਸ ਤਰ੍ਹਾਂ ਸ਼ਰਾਪ ਦੇ ਦਿੱਤਾ ਹੈ। ਮਰਦ ਸਮੇਂ ਇਸ ਬੇਦੁੱਖ ਪਾਵਾ, ਅਤੇ ਜਦੋਂ ਤੂੰ ਮਰੇਗਾ ਇਹ ਤੈਨੂੰ ਦੁੱਖ ਮਿਲੇਗਾ, ਫਾਈ ਤਾਂ ਪਹਿਲਾਂ ਹੀ ਲੱਗਣੀ ਹੈ ਪਰ ਹੁਣ ਗੰਦਗੀ ਵੀ ਮੂੰਹ ਦੇ ਵਿੱਚ ਪਵੇਗੀ, ਗੰਦਗੀ ਮੂੰਹ ਦੇ ਵਿੱਚ ਪਾ ਕੇ ਵਿਸ਼ਟਾ ਆਪਾਂ ਕਹਿ ਦਈਏ ਵੀ ਲੈਟਰਨ ਤੇਰੇ ਮੂੰਹ ਦੇ ਵਿੱਚ ਪਾ ਕੇ ਗੰਦੇ ਕੱਪੜੇ ਦੇ ਨਾਲ ਲਪੇਟ ਕੇ ਤੈਨੂੰ ਫਾਈ ਲਾਉਣਗੇ। ਇਸ ਤਰ੍ਹਾਂ ਉਹਨੇ ਬਚਨ ਆਖਿਆ ਹੈ ਸ਼ਰਾਪ ਤੇ ਜੜੇ ਤੁਹਾਰੀ, ਮੇਰਾ ਸ਼ਰਾਪ ਇਹ ਹੈ ਵੀ ਤੇਰੀਆਂ ਜੜ੍ਹਾਂ ਵੀ ਪੁੱਟੀਆਂ ਜਾਣਗੀਆਂ। ਕਪੂਰਿਆ ਦਸਵੇਂ ਪਾਤਸ਼ਾਹ ਦਾ ਸ਼ਰਾਪ ਇਹ ਹੈ ਕਿ ਤੈਨੂੰ ਫਾਂਸੀ ਲੱਗਣੀ ਹੈ, ਮੇਰਾ ਸ਼ਰਾਪ ਇਹ ਹੈ ਵੀ ਤੇਰੀਆਂ ਜੜ੍ਹਾਂ ਹੀ ਨਹੀਂ ਰਹਿਣਗੀਆਂ, ਜੜ੍ਹਾਂ ਹੀ ਪੱਟੀਆਂ ਜਾਣਗੀਆਂ। ਇਸ ਤਰ੍ਹਾਂ ਸ਼ਰਾਪ ਪੀ ਕੇ ਲੜਾਈ ਕਰਕੇ ਅਤੇ ਸ਼ਰਾਪ ਲਿਆ ਹੈ, ਤਾਂ ਹੀ ਮਹਾਰਾਜ ਨੇ ਆਖਿਆ ਉਹ ਸ਼ਰਾਰਤ ਦਾ ਪਾਣੀ ਨਾ ਪੀਆ ਕਰੋ,
ਇਹਦੇ ਨਾਲ ਕੁੱਲ ਖਤਮ ਹੋ ਜਾਂਦੀ ਹੈ, ਇਹਦੇ ਨਾਲ ਨਾਸ਼ ਹੁੰਦਾ ਹੈ, ਕੋਈ ਆਬਾਦ ਨਹੀਂ ਹੁੰਦਾ ਹੈ। ਜਾਦਵਾਂ ਦੇ ਵਿੱਚ 56 ਕਰੋੜ ਜਿਹੜੇ ਜਾਦਵ ਸਨ ਉਹ ਸ਼ਰਾਬ ਪੀ ਕੇ ਮਰੇ। 56 ਕਰੋੜ, ਇੱਕ ਨਹੀਂ, ਦੋ ਨਹੀਂ, ਚਾਰ ਨਹੀਂ ਜਾਂ ਲੱਖ ਨਹੀਂ, ਭਗਵਾਨ ਕ੍ਰਿਸ਼ਨ ਜੀ ਜਾਦਵ ਕੁੱਲ ਵਿੱਚ ਪੈਦਾ ਹੋਏ। ਦੁਰਬਾਸ਼ਾ ਰਿਸ਼ੀ ਨੇ ਸ਼ਰਾਫ ਦਿੱਤਾ ਕਿ ਤੁਹਾਡੀ ਕੁੱਲ ਖਤਮ ਹੋ ਜਾਏਗੀ, ਅਤੇ ਉਹ ਕੁੱਲ ਖਤਮ ਇਸੇ ਤਰ੍ਹਾਂ ਹੋਈ। ਜਾਦਵਾਂ ਨੇ ਜਮਨਾ ਦੇ ਕਿਨਾਰੇ ਬੈਠ ਕੇ ਸ਼ਰਾਬ ਪੀਤੀ, ਸ਼ਰਾਬ ਇੰਨੀ ਜ਼ਿਆਦਾ ਪੀ ਲਈ ਵੀ ਨਸ਼ੇ ਦੇ ਵਿੱਚ ਇੱਕ ਦੂਜੇ ਨਾਲ ਲੜਨ ਲੱਗ ਪਏ, ਅਤੇ ਜਮਨਾ ਦੇ ਕਿਨਾਰੇ ਤੋਂ ਪੱਟ ਪੱਟ ਕੇ ਡਿੱਬ, ਬੜੀ ਤਿੱਖੀ ਹੈ ਨਾ ਡਿੱਬ, ਇੱਕ ਦੂਜੇ ਦੇ ਮਾਰੀ, ਅਤੇ ਇੱਕ ਦੋ ਨਹੀਂ 56 ਕਰੋੜ ਜਾਦਵ ਉਸ ਲੜਾਈ ਵਿੱਚ ਮਰੇ। ਦੁਰਬਾਸਾ ਸਿਉਂ ਕਰਤ ਠਗੌਰੀ, ਜਾਦਵ ਇਹ ਫਲ ਪਾਏ, ਕਿਰਪਾ ਕਰੀ ਜਾਂ ਆਪਣੇ ਉੱਪਰ ਨਾਮ ਦਿਓ, ਹਰ ਗੁਣ ਗਾਏ। ਇਹ ਬਚਨ ਮਹਾਰਾਜ ਦੇ। ਇਹ ਸ਼ਰਾਬ ਨੂੰ ਤਾਂ ਹੀ ਸ਼ਰਾਰਤ ਦਾ ਪਾਣੀ ਕਿਹਾ ਜਾਂਦਾ ਵੀ ਜਿਹੜਾ ਪੀਂਦਾ ਉਹ ਕੁੱਲ ਘਾਤੀ ਹੋ ਜਾਂਦਾ ਹੈ। ਜਾਦਵ ਵੀ ਸ਼ਰਾਬ ਪੀ ਕੇ ਆਪਸ ਵਿੱਚ ਲੜੇ ਅਤੇ ਖਤਮ ਹੋ ਗਏ, ਅਤੇ ਇਹ ਜਿਹੜੇ ਕਪੂਰੇ ਦੇ ਬੰਦੇ ਨੇ ਇਹ ਵੀ ਸ਼ਰਾਬ ਪੀ ਕੇ ਲੜੇ, ਅਤੇ ਇਹਨਾਂ ਦੀ ਕੁੱਲ ਜੜ੍ਹਾਂ ਨਹੀਂ ਰਹਿਣਗੀਆਂ, ਇਹ ਇਹਨਾਂ ਨੂੰ ਸ਼ਰਾਬ ਮਿਲਿਆ। ਐਸਾ ਦੁੱਖ ਵਾਲਾ ਵਚਨ ਹੋਇਆ ਹੈ। ਉਖੜ ਗਈ ਸਗਰੀ ਇੱਕ ਵਾਰੀ, ਇਹ ਤੇਰੀਆਂ ਜੜ੍ਹਾਂ ਇੱਕੇ ਵਾਰੀ ਪੱਟੀਆਂ ਗਈਆਂ, ਤੇਰੇ ਸਾਰੇ ਹੀ ਪੁੱਤ ਪੋਤਰੇ ਮਾਰੀ ਜਾਣਗੇ, ਬਚੇਗਾ ਕੋਈ ਨਹੀਂ। ਇਹ ਭੈ ਰਾਮ ਨੇ ਸ਼ਰਾਫ ਦਿੱਤਾ, ਕਪੂਰਿਆ ਤੂੰ ਨਹੀਂ ਇਕੱਲਾ ਮਰੇਗਾ, ਤੇਰੇ ਪੁੱਤ ਪੋਤਰੇ ਵੀ ਮਰ ਜਾਣਗੇ, ਰਵੇਗਾ ਕੋਈ ਨਹੀਂ ਤੇਰਾ। ਇਹ ਬਚਨ ਆਖਿਆ ਹੈ। ਪਾਣੀ ਦੇਵਾ ਰਹੇ ਨਾ ਕੋਈ, ਇਹ ਬਚਨ ਆਖਿਆ ਤੇਰੀ ਕੁੱਲ ਵਿੱਚ ਕੋਈ ਪਾਣੀ ਪਿਆਉਣ ਵਾਲਾ ਵੀ ਨਹੀਂ ਰਵੇਗਾ। ਜਿਵੇਂ ਆਪਾਂ ਕਹਿ ਦਿੰਦੇ ਵੀ ਦੀਵਾ ਬਾਲਣ ਵਾਲਾ ਕੋਈ ਨਹੀਂ ਰਵੇਗਾ। ਭੈ ਰਾਮ ਨੇ ਸ਼ਰਾਫ ਦਿੱਤਾ, ਕਹਿਣ ਲੱਗੇ ਕਪੂਰੇ ਚੌਧਰੀ ਤੇਰੀ ਕੁੱਲ ਵਿੱਚ ਕੋਈ ਪਾਣੀ ਪਿਆਉਣ ਵਾਲਾ ਨਹੀਂ ਰਵੇਗਾ, ਸਾਰੇ ਹੀ ਖਤਮ ਹੋ ਜਾਣਗੇ, ਇਹ ਮੇਰਾ ਸ਼ਰਾਫ ਹੈ, ਅਤੇ ਤੈਨੂੰ ਇਹਦੀ ਸਜ਼ਾ ਇਸ ਤਰ੍ਹਾਂ ਮਿਲਣੀ ਹੈ। ਹਿਮ ਸੰਕਟ ਵੱਡ ਤੁਮਕੋ ਹੋਈ, ਇਸ ਤਰ੍ਹਾਂ ਤੈਨੂੰ ਬੜਾ ਵੱਡਾ ਸੰਕਟ ਪਵੇਗਾ, ਬੜੀ ਵੱਡੀ ਤੇਰੇ 'ਤੇ ਮੁਸੀਬਤ ਪੈਣੀ ਹੈ। ਭਇਓ ਸ਼ਰਾਪ ਸੁਣ ਕੇ ਪਛਤਾਇਓ, ਜਦੋਂ ਕਿਸੇ ਨੇ ਦੱਸਿਆ ਨਾ ਕਪੂਰੇ ਨੂੰ ਜਾ ਕੇ ਵੀ ਤੈਨੂੰ ਸ਼ਰਾਪ ਮਿਲਿਆ ਹੈ, ਹੁਣ ਗੁਰਮੁਖੋਂ ਪਛਤਾਵਾ, ਬੜਾ ਪਛਤਾਉਂਦਾ ਪਿਆ। ਗੁਰੂ ਅਮਰਦਾਸ ਮਹਾਰਾਜ ਨੇ ਬਚਨ ਆਖਿਆ, ਕਹਿੰਦੇ ਐਸਾ ਕੰਮ ਮੂਲੇ ਨਾ ਕੀਚੈ ਅੰਤ ਪਛੋਤਾਈਏ, ਉਹ ਕੰਮ ਕਿਉਂ ਕਰਨਾ ਜਿਹੜਾ ਪਛਤਾਉਣਾ ਪਵੇ। ਜਦੋਂ ਇਹ ਵੇਖਿਆ ਨਾ ਵੀ ਮੈਨੂੰ ਤਾਂ ਮੌਤ ਮਹਾਰਾਜ ਨੇ ਪਹਿਲਾਂ ਹੀ ਕਿਹਾ ਵੀ ਤੂੰ ਫਾਈ ਲਾ ਕੇ ਮਰਨਾ, ਚਲੋ ਮੈਂ ਤਾਂ ਮਰੀ ਜਾਣਾ, ਪਰ ਇਹਨਾਂ ਨੇ ਕਹਿ ਦਿੱਤਾ ਵੀ ਮੇਰੀਆਂ ਜੜ੍ਹਾਂ ਵੀ ਨਹੀਂ ਰਹਿਣੀਆਂ, ਪੁੱਤ ਪੋਤਰੇ ਨਹੀਂ ਰਹਿਣੇ। ਹੁਣ ਬੜਾ ਪਛਤਾਉਂਦਾ ਵੀ ਜੇ ਮੈਂ ਮੇਲੇ 'ਚ ਨਾ ਆਉਂਦਾ, ਅਤੇ ਜੇ ਮੈਂ ਮੇਲੇ 'ਚ ਆ ਹੀ ਗਿਆ ਤਾਂ ਫਿਰ ਆ ਕੇ ਮੈਂ ਸ਼ਰਾਬ ਨਾ ਪੀਂਦਾ, ਅਤੇ ਮੈਨੂੰ ਇਹ ਸ਼ਰਾਫ ਨਾ ਮਿਲਦਾ। ਹੁਣ ਤਾਂ ਪਛਤਾਵਾ ਹੀ ਹੈ, ਹੁਣ ਤਾਂ ਸ਼ਰਾਫ ਮਿਲ ਗਿਆ ਹੈ, ਹੁਣ ਤਾਂ ਬਚਨ ਹੋਣੇ ਹਨ। ਬਹੁਰੋ ਕੇਤਕ ਕਾਲ ਬਿਤਾਇਓ, ਇਸ ਤਰ੍ਹਾਂ ਕਹਿੰਦੇ ਥੋੜ੍ਹਾ ਜਿਹਾ ਸਮਾਂ ਫਿਰ ਬਤੀਤ ਹੋਇਆ, ਅਤੇ ਹੁਣ ਸ਼ਰਾਫ ਜਿਹੜਾ ਮਿਲਿਆ ਨਾ ਉਹਦਾ ਫਲ ਮਿਲਣ ਦਾ ਫਿਰ ਸਮਾਂ ਆਇਆ ਹੈ। ਈਸੇ ਖਾਨ ਮੰਜ ਚੜ੍ਹਿਆਇਓ, ਕਹਿਣ ਲੱਗੇ ਵੀ ਈਸੇ ਖਾਂ ਨਾਮ ਦਾ ਇੱਕ ਵਿਅਕਤੀ ਹੈ, ਅਤੇ ਮੰਜ ਇਸ ਦੀ ਜਾਤ ਹੈ। ਗੁਰਮੁਖੋ ਜੀਰੇ ਦੇ ਨੇੜੇ ਇੱਕ ਕੋਟ ਈਸੇ ਖਾਂ ਪਿੰਡ ਹੈ, ਕਸਬਾ ਪੈਂਦਾ ਹੈ। ਇਸ ਕਸਬੇ ਦਾ ਉਹ ਰਹਿਣ ਵਾਲਾ ਸੀ ਜਿਸ ਨੂੰ ਈਸੇ ਖਾਂ ਕਹਿੰਦੇ, ਉਹਦੇ ਨਾਂ 'ਤੇ ਉਹ ਸ਼ਹਿਰ ਬਣਿਆ ਜਿਹਨੂੰ ਕੋਟ ਈਸੇ ਖਾਂ ਕਹਿੰਦੇ। ਈਸੇ ਖਾਂ ਉਹਦਾ ਨਾਮ ਹੈ, ਅਤੇ ਕੋਟ ਉਹਨੇ ਕਿਲ੍ਹਾ ਬਣਾਇਆ ਸੀ। ਇੱਕ ਦਿਨ ਉਹਦੇ ਮਨ ਵਿੱਚ ਆਇਆ ਕਿ ਇਹ ਜਿਹੜਾ ਕਪੂਰਾ ਚੌਧਰੀ ਹੈ ਬੜਾ ਵੱਡਾ ਬਣਿਆ ਫਿਰਦਾ, ਮੈਂ ਇਹਦੇ ਨਾਲ ਜੰਗ ਕਰਕੇ ਇਹਦਾ ਇਲਾਕਾ ਹੀ ਨਾ ਦੱਬ ਲਵਾਂ। ਇਸ ਤਰ੍ਹਾਂ ਉਹ ਜਿਹੜਾ ਈਸੇ ਖਾਂ, ਕੋਟ ਈਸੇ ਖਾਂ ਜਿਹੜਾ ਆਪਾਂ ਸ਼ਹਿਰ ਦਾ ਨਾਮ ਸੁਣਦੇ ਹਾਂ, ਜੀਰੇ ਦੇ ਨੇੜੇ ਹੈ, ਉੱਥੋਂ ਦਾ ਫਿਰ ਉਹ ਮੁਸਲਮਾਨ ਪਠਾਨ ਸੀਗਾ ਉਸ ਇਲਾਕੇ ਦਾ ਮਾਲਕ, ਅਤੇ ਇਹ ਦੁਆਬੇ ਦਾ ਹਾਕਮ ਸੀਗਾ। ਇਹ ਜਲੰਧਰ ਦਾ ਇਲਾਕਾ, ਇਹ ਜਿੰਨਾ ਵੀ ਫਗਵਾੜੇ ਦਾ ਇਲਾਕਾ, ਇੱਥੋਂ ਦਾ ਹਾਕਮ ਸੀ, ਅਤੇ ਸਿੱਖਾਂ ਦੇ ਨਾਲ ਇਹ ਬੜਾ ਵੈਰ ਕਰਦਾ ਸੀ, ਅਤੇ ਇਹ ਕੋਟ ਈਸੇ ਖਾਂ ਇਹਦੇ ਨਾਮ 'ਤੇ ਹੀ ਉਹ ਸ਼ਹਿਰ ਬਣਿਆ, ਕੋਟ ਈਸੇ ਖਾਂ। ਇਹ ਈਸੇ ਖਾਂ ਉਸ ਸ਼ਹਿਰ ਦਾ ਰਹਿਣ ਵਾਲਾ ਹੈ। ਘੇਰ ਕੋਟ ਤਿੰਨ ਜੰਗ ਮਚਾਇਓ, ਇਹਨੇ ਆਪਣੀਆਂ ਫੌਜਾਂ ਲਿਆਂਦੀਆਂ, ਫੌਜਾਂ ਲਿਆ ਕੇ ਅਤੇ ਇਹਨੇ ਕੋਟ ਕਪੂਰੇ ਨੂੰ ਘੇਰਾ ਪਾ ਲਿਆ। ਆ ਕੇ ਆਪਣੀ ਫੌਜ ਨੂੰ ਕਹਿੰਦਾ ਵੀ ਕਪੂਰੇ ਨੂੰ ਘੇਰਾ ਪਾਓ। ਕਪੂਰਾ ਥੋੜ੍ਹਾ ਜਿਹਾ ਤਾਂ ਜੰਗ ਕਰਿਆ, ਮੁੜ ਕੇ ਕਪੂਰਾ ਆਪਣੇ ਕਿਲ੍ਹੇ ਵਿੱਚ ਲੋਗਿਆ ਆ ਕੇ ਵੀ ਚਲੋ ਮੇਰਾ ਕਿਲ੍ਹਾ ਬੜਾ ਵੱਡਾ, ਇੱਥੋਂ ਮੈਨੂੰ ਥੋੜ੍ਹੀ ਕੋਈ ਕੱਢ ਸਕਦਾ। ਪਰ ਉਹ ਈਸੇ ਖਾਂ ਨੇ ਇਹਦੇ ਕਿਲ੍ਹੇ ਨੂੰ ਆ ਕੇ ਉਸ ਵੇਲੇ ਘੇਰਾ ਪਾ ਲਿਆ ਹੈ। ਘੇਰ ਕਰ ਚੜ ਗਏ ਸੂਰਾ, ਅਤੇ ਸੂਰਮਿਆਂ ਨੇ ਜਦੋਂ ਦੋਵਾਂ ਪਾਸਿਆਂ ਤੋਂ ਲੜਾਈ ਹੋਈ ਅਤੇ ਕਪੂਰੇ ਦੇ ਬੰਦੇ ਹਾਰ ਕੇ ਭੱਜ ਪਏ,
ਇਸੇ ਖਾਂ ਨੇ ਜਾ ਕੇ ਇਹਦੇ ਕਿਲੇ ਨੂੰ ਫਿਰ ਘੇਰਾ ਪਾ ਲਿਆ ਹੈ। ਕਾਸ ਪੁੰਜ ਮੈਂ ਦੁਰਯੁਕ ਪੂਰਾ, ਜਦੋਂ ਕਪੂਰੇ ਨੂੰ ਪਤਾ ਲੱਗਾ ਨਾ ਵੀ ਹੁਣ ਮੈਨੂੰ ਇਹ ਮਾਰ ਦੇਣਗੇ, ਵੀ ਇਹ ਮੇਰੇ ਕਿਲੇ ਦੇ ਵਿੱਚ ਵੜ ਗਏ, ਅਤੇ ਕਿਲੇ ਦੇ ਵਿੱਚ ਕੁਝ ਘਾਹ ਦੀਆਂ ਪੱਡਾਂ ਪਈਆਂ ਸਨ, ਘੋੜਿਆਂ ਨੂੰ ਪਾਉਣ ਵਾਸਤੇ ਘਾਹ ਰੱਖਿਆ ਸੀਗਾ, ਕਪੂਰਾ ਭੱਜ ਕੇ ਘਾਹ ਦੇ ਵਿੱਚ ਵੜ ਗਿਆ, ਆਪਣੇ ਉੱਪਰ ਵੀ ਘਾਹ ਪਾ ਲਿਆ ਵੀ ਪਤਾ ਨਾ ਲੱਗੇ ਮੈਂ ਕਿੱਥੇ ਲੁਕਿਆ ਹਾਂ, ਇਹ ਕਿਲੇ ਦੇ ਵਿੱਚ ਵੇਖਣਗੇ, ਮੈਂ ਲੱਭਣਾ ਨਹੀਂ ਅਤੇ ਇਹਨਾਂ ਨੇ ਮੁੜ ਜਾਣਾ ਅਤੇ ਬਾਅਦ ਵਿੱਚ ਮੈਂ ਨਿਕਲ ਆਵਾਂਗਾ। ਆਪਣੀ ਜਾਨ ਬਚਾਉਣ ਵਾਸਤੇ ਕਪੂਰਾ ਚੌਧਰੀ ਘਾਹ ਦੇ ਵਿੱਚ ਜਾ ਕੇ ਲੁੱਕ ਕੇ ਬੈਠ ਗਿਆ ਹੈ। ਈਸੇ ਖਾਨ ਭਨਿਓ ਵਿੱਚ ਹੈ, ਉਸ ਵੇਲੇ ਈਸੇ ਖਾਨ ਜਿਹੜਾ ਸੀ ਨਾ ਪਠਾਨ, ਉਹਨੇ ਵੇਖ ਲਿਆ ਘਾਹ ਨੂੰ ਹਿਲਦਿਆਂ, ਉਹ ਆਪਣੇ ਬੰਦਿਆਂ ਨੂੰ ਕਹਿੰਦਾ ਉਹ ਕਪੂਰਾ ਬਾਹਰ ਨਹੀਂ ਨਿਕਲਿਆ, ਇਹ ਘਾਹ ਦੇ ਵਿੱਚ ਹੈ, ਇਹ ਚੰਗੀ ਤਰ੍ਹਾਂ ਘਾਹ ਦੀ ਤਲਾਸ਼ੀ ਕਰੋ, ਚੁੱਕੋ ਘਾਹ ਇੱਥੋਂ ਥੱਲਿਓ ਨਿਕਲ ਆਉਣਾ ਇਹਨੇ ਕਪੂਰੇ ਨੇ। ਜਦੋਂ ਸਿਪਾਹੀਆਂ ਨੇ ਹੁਕਮ ਸੁਣਿਆ ਤਾਂ ਉਹ ਘਾਹ ਨੂੰ ਚੁੱਕਣ ਵਾਸਤੇ ਜਦੋਂ ਅੱਗੇ ਵਧੇ ਹਨ, ਖੋਜ ਲਿਓ ਨਾ ਭਾਗਣ ਲਹੈ, ਅਤੇ ਇਹਨੂੰ ਲੱਭ ਕੇ ਲਿਆਓ, ਭੱਜ ਨਾ ਜਾਵੇ, ਤਗੜੇ ਹੋ ਜਾਓ। ਉਹ ਪਠਾਨ ਨੇ ਹੁਕਮ ਦਿੱਤਾ ਈਸੇ ਖਾਂ ਨੇ ਆਪਣੇ ਸਿਪਾਹੀਆਂ ਨੂੰ ਵੀ ਤਗੜੇ ਹੋ ਕੇ ਘੇਰਾ ਪਾ ਕੇ ਲੱਭੋ ਇਹਨੂੰ, ਇਹ ਵਿੱਚੋਂ ਘਾਹ ਦੇ ਕਿਤੇ ਨਿਕਲੀ ਨਾ ਜਾਵੇ, ਭੱਜ ਨਾ ਜਾਣਾ ਕਰੇ। ਤੁਤ ਖੋਜਿਓ ਲਿਓ ਨਿਕਾਸ, ਜਦੋਂ ਸਿਪਾਹੀਆਂ ਨੇ ਘਾਹ ਚੁੱਕ ਚੁੱਕ ਕੇ ਪਰੇ ਸੁੱਟਿਆ ਨਾ ਭਰ ਭਰ ਕੇ ਜਫੇ, ਅਤੇ ਥੱਲੇ ਇਹ ਬੈਠਾ ਸੀ ਨੀਵਾਂ ਜਿਹਾ ਹੋ ਕੇ, ਅਤੇ ਇਹਨੂੰ ਕੱਢ ਲਿਆ, ਫਿਰ ਕਹਿੰਦੇ ਆ ਜਾ ਬਾਹਰ, ਹੁਣ ਲੁਕਿਆ ਨਹੀਂ ਗੱਲ ਬੰਨੀ ਹੈ, ਹੁਣ ਤਾਂ ਤੈਨੂੰ ਅਸੀਂ ਸਜ਼ਾ ਦੇਵਾਂਗੇ। ਅਤੇ ਕਪੂਰੇ ਨੂੰ ਫਿਰ ਘਾਹ ਦੇ ਵਿੱਚੋਂ ਲੁਕਿਆ ਹੋਇਆ ਨੂੰ ਬਾਹਰ ਕੱਢ ਲਿਆ ਹੈ। ਕਹਿ ਕਰਿਆ ਨਿਓ ਤੂਰਨ ਪਾਸ, ਅਤੇ ਫਿਰ ਇਸ ਨੂੰ ਫੜ ਕੇ ਨਾ ਮੁਸ਼ਕਾਂ ਬੰਨ੍ਹ ਕੇ ਇਹਦੀਆਂ, ਅਤੇ ਫਿਰ ਘਸੀਟ ਕੇ ਲੈ ਕੇ ਆਇਆ ਜਿੱਥੇ ਈਸੇ ਖਾਂ ਪਠਾਨ ਬੈਠਾ ਸੀ ਨਾ ਇਹਦਾ ਦੁਸ਼ਮਣ, ਇਹਦੇ ਕੋਲ ਫਿਰ ਇਸ ਕਪੂਰੇ ਨੂੰ ਲੈ ਕੇ ਆਏ ਹਨ। ਦੇਖ ਪਠਾਨ ਭੰਨਿਓ ਤੂੰ ਸੂਰਾ, ਉਸ ਵੇਲੇ ਪਠਾਨ ਨੇ ਫਿਰ ਮਿਹਣਾ ਮਾਰਿਆ, ਕਹਿਣ ਲੱਗਾ ਉਹ ਕਪੂਰਿਆ ਤੂੰ ਤਾਂ ਕਹਿੰਦਾ ਸੀ ਮੈਂ ਬੜਾ ਵੱਡਾ ਸੂਰਮਾ ਹਾਂ, ਪਰ ਸੂਰਮੇ ਘਾਹ ਦੇ ਓਹਲੇ ਨਹੀਂ ਲੁਕਦੇ ਹੁੰਦੇ, ਹੁਣ ਮਾਰਨਾ ਤਾਂ ਹੈ, ਪਹਿਲਾਂ ਉਹਨੇ ਮਿਹਣਾ ਹੀ ਮਾਰਿਆ। ਕਹਿਣ ਲੱਗੇ ਤੂੰ ਤਾਂ ਕਹਿੰਦਾ ਸੀ ਮੈਂ ਸੂਰਮਾ ਆ, ਮੈਂ ਤਾਂ ਕਿਲਾ ਬਣਾਇਆ, ਮੈਂ ਤਾਂ ਫੌਜਾਂ ਰੱਖੀਆਂ, ਪਰ ਸੂਰਮਿਆਂ ਵਾਲਾ ਕੰਮ ਤਾਂ ਤੇਰਾ ਹੈ ਹੀ ਕੋਈ ਨਹੀਂ, ਤੂੰ ਤਾਂ ਥੋੜ੍ਹੀ ਜਿਹੀ ਜੰਗ ਹੋਈ ਤਾਂ ਘਾਹ ਵਿੱਚ ਜਾ ਕੇ ਲੁੱਕ ਗਿਆ। ਇਸ ਤਰ੍ਹਾਂ ਫਿਰ ਉਸ ਪਠਾਨ ਨੇ ਆਖਿਆ ਹੈ, ਇੱਲਾਂ ਕੁੱਕੜ ਵਾਂਗ ਕਪੂਰਾ, ਕਹਿਣ ਲੱਗੇ ਕਪੂਰਿਆ ਤੂੰ ਤਾਂ ਇੱਲਾਂ ਵਰਗਾ ਹੈ, ਇੱਲਾਂ ਵੀ ਮਰੇ ਹੋਏ ਮਾਸ ਨੂੰ ਖਾਂਦੀਆਂ, ਤੂੰ ਤਾਂ ਬਸ ਐਵੇਂ ਕਬਜ਼ਾ ਕਰਕੇ ਬੈਠਾ, ਗਰੀਬਾਂ ਦੇ ਉੱਪਰ ਐਵੇਂ ਆਪਣਾ ਹੱਕ ਜਿਤਾਈ ਜਾਂਦਾ, ਤੇਰਾ ਜੀਵਨ ਤਾਂ ਇੱਲਾਂ ਵਰਗਾ ਹੈ, ਤੇਰਾ ਜੀਵਨ ਤਾਂ ਕੁੱਕੜ ਵਰਗਾ, ਕੁੱਕੜ ਵੀ ਤਾਂ ਐਵੇਂ ਲੋਕਾਂ ਦੀ ਜੂਠ ਹੀ ਖਾਂਦਾ ਹੈ ਨਾ, ਗੰਦਗੀ ਖਾਂਦਾ, ਰੂੜੀ 'ਤੇ ਚੁੰਝਾਂ ਮਾਰ ਲਈਆਂ, ਲੋਕਾਂ ਦੀ ਗੰਦਗੀ ਖਾ ਲਈ। ਕਹਿਣ ਲੱਗੇ ਉਹ ਕਪੂਰਿਆ ਅਸੀਂ ਤਾਂ ਸੋਚਿਆ ਸੀ ਵੀ ਤੂੰ ਤਾਂ ਸੂਰਮਾ ਹੈ, ਪਰ ਘਾਹ ਦੇ ਵਿੱਚੋਂ ਤੂੰ ਲੁਕਿਆ, ਤੈਨੂੰ ਲੱਭਿਆ, ਸਾਨੂੰ ਇਹ ਲੱਗਦਾ ਵੀ ਤੂੰ ਤਾਂ ਕੁੱਕੜਾਂ ਵਰਗਾ ਹੈ, ਤੂੰ ਤਾਂ ਇੱਲਾਂ ਵਰਗਾ ਹੈ। ਐਸਾ ਬਚਨ ਉਸ ਵੇਲੇ ਆਖਿਆ ਹੈ, ਬਾਜ ਰੱਖਣ ਕੋ ਲਾਜ ਲਗਾਈ, ਆਪਣੇ ਹੱਥ 'ਤੇ ਬਾਜ ਰੱਖਣਾ, ਬਾਜ ਰੱਖਣਾ ਤਾਂ ਸੂਰਮਿਆਂ ਦਾ ਕੰਮ ਹੈ, ਵੀ ਸ਼ਿਕਾਰ ਕਰਨ ਵਾਲਾ ਸੂਰਮਾ, ਹੱਥ 'ਤੇ ਬਾਜ ਬਿਠਾਇਆ ਲੁਕ ਗਿਆ ਘਾਹ ਦੇ ਥੱਲੇ, ਉਹ ਤੋਂ ਇਹਨੂੰ ਸ਼ਰਮ ਆਉਣੀ ਚਾਹੀਦੀ ਹੈ। ਈਸੇ ਖਾਂ ਨੇ ਆਖਿਆ ਕਪੂਰੇ ਨੂੰ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ, ਕਾਹਦਾ ਤੂੰ ਬਾਜ ਆਪਣੇ ਹੱਥ 'ਤੇ ਬਿਠਾਇਆ ਅਤੇ ਲੁਕਿਆ ਘਾਹ ਦੇ ਵਿੱਚ ਬੈਠਾ ਜਾਨ ਬਚਾਉਣ ਵਾਸਤੇ, ਇਹ ਤਾਂ ਸ਼ਰਮ ਵਾਲਾ ਕੰਮ ਹੈ, ਅਤੇ ਲਾਜ ਲਾ ਦਿੱਤੀ ਹੈ, ਤੂੰ ਕਿਉਂ ਬਾਜ ਰੱਖਿਆ, ਤੇਰੇ ਕੰਮ 'ਤੇ ਕੈਰਾਂ ਵਾਲੇ ਹਨ। ਕਹਿ ਕੇ ਲਈਏ ਕੈਦ ਕਰਾਈ, ਇਸ ਤਰ੍ਹਾਂ ਕਹਿ ਕੇ ਈਸੇ ਖਾਂ ਨੇ ਹੁਕਮ ਕੀਤਾ, ਕਹਿੰਦਾ ਕੈਦ ਕਰ ਲਓ ਇਹਨੂੰ, ਇਹਨੂੰ ਚੰਗੀ ਤਰ੍ਹਾਂ ਬੰਨ੍ਹ ਕੇ ਰੱਸਿਆਂ ਦੇ ਨਾਲ ਸੁੱਟੋ ਪਿੰਜਰੇ ਦੇ ਵਿੱਚ, ਇਸ ਨੂੰ ਕੈਦ ਕਰ ਲਓ, ਇਸ ਨੂੰ ਛੱਡਣਾ ਨਹੀਂ ਹੈ। ਈਸੇ ਖਾਨ ਕੂਚ ਕਰਦੀ ਨਾ, ਈਸੇ ਖਾਂ ਚੱਲ ਪਿਆ ਆਪਣੀ ਫੌਜ ਲੈ ਕੇ, ਵੀ ਦੁਸ਼ਮਣ ਨੂੰ ਤਾਂ ਮਾਰ ਲਿਆ ਜਾਂ ਆਪਾਂ ਕਹਿ ਲਈਏ ਫੜ ਲਿਆ, ਹੁਣ ਆਪਣਾ ਕੌਣ ਕੋਈ ਕੁਝ ਵਿਗਾੜ ਸਕਦਾ, ਆਪਣੇ ਪਿੰਡ ਦਾ ਰਾਹ। ਸੋ ਕਪੂਰੇ ਤੋਂ ਕੋਟਕਪੂਰੇ ਤੋਂ ਚੱਲ ਪਿਆ ਈਸੇ ਕੋਟ ਈਸੇ ਖਾਂ ਚੱਲ ਪਿਆ ਇਸ ਨੂੰ ਨਾਲ ਲੈ ਕੇ। ਉਸ ਵੇਲੇ ਸੋ ਮਾਰਗ ਲੀਨ, ਜਿੱਧਰ ਨੂੰ ਜਾਣਾ ਸੀਗਾ ਉਹ ਰਸਤੇ ਦੇ ਉੱਪਰ ਲੈ ਕੇ ਤੁਰ ਪਿਆ ਹੈ। ਇਹਦੇ ਵਿਚਾਰ ਕਰਤ ਭਾ ਮਹਾ, ਉਸ ਵੇਲੇ ਸੋਚਦਾ ਹੈ ਕੋਟ ਈਸੇ, ਉਹ ਜਿਹੜਾ ਕੋਟ ਸੀ ਨਾ ਈਸੇ ਖਾਂ, ਉਹ ਸੋਚਦਾ ਦੁਸ਼ਮਣ ਨੂੰ ਫੜ ਤੇ ਲਿਆ ਹੈ, ਪਰ ਇਹਦਾ ਫੜ ਕੇ ਕੀ ਕਰਾਂਗੇ, ਕੋਈ ਫਾਇਦਾ ਤਾਂ ਹੋਣਾ ਨਹੀਂ ਇਹਦੇ ਫੜਨ ਦਾ, ਅਤੇ ਇਸ ਨੂੰ ਫੜ ਕੇ ਕਰਨਾ ਕੀ ਹੈ ਮਨ ਵਿੱਚ ਸੋਚਦਾ ਹੈ। ਇਸ ਪਕੜੇ ਹੋਏ ਹਾਸਲ ਕਹਾ, ਇਹਨੂੰ ਫੜਨ ਦਾ ਕੋਈ ਫਾਇਦਾ ਤਾਂ ਹੈ ਨਹੀਂ, ਕਿਉਂਕਿ ਇਹਦੇ ਕੋਲ ਕਿਹੜਾ ਕੁਝ ਹੈ ਨਾ, ਇਹਨੇ ਮੈਨੂੰ ਕੁਝ ਦੇਣਾ, ਜੇ ਮੈਂ ਫੜ ਕੇ ਰੱਖਾਂਗਾ ਇਹਨੂੰ ਰੋਟੀ ਪਾਣੀ ਦੇਣਾ ਪਵੇਗਾ, ਇਹਦੀ ਰਾਖੀ ਵੀ ਕਰਨੀ ਪਵੇਗੀ, ਅਤੇ ਮੈਂ ਇਹਨੂੰ ਜਿਉਂਦਾ ਹੀ ਕਿਉਂ ਰੱਖਣਾ, ਇਹ ਤੋਂ ਚੰਗਾ ਜਿਉਂਦਾ ਰੱਖਣ ਤੋਂ ਚੰਗਾ ਤਾਂ ਮਾਰ ਹੀ ਦੇਵਾਂ,
ਰਸਤੇ ਵਿੱਚ ਆਉਂਦੇ ਨੇ ਇਹ ਗੱਲ ਸੋਚੀ ਹੈ। ਤਾਲ ਉਜਾਰ ਵਿਖੇ ਕਹਿਰਾ, ਉਸ ਵੇਲੇ ਇੱਕ ਰਸਤੇ ਵਿੱਚ ਤਾਲ ਸੀਗਾ ਪਾਣੀ ਦਾ, ਪਾਣੀ ਦਾ ਤਲਾਬ, ਉਹ ਸੁੱਕਿਆ ਪਿਆ ਸੀਗਾ। ਉਜਾੜ ਬੀਆ ਬਾਣ ਉੱਤੇ ਬਹੁਤੇ ਸੰਘਣੇ ਬੂਟੇ ਸਨ, ਸਰਾਂ ਕਾਈ ਦੇ ਦਿਬ ਦੇ, ਉਜੜਿਆ ਜਿਹਾ ਹੋਇਆ, ਸੁੱਕਾ ਜਿਹਾ ਹੋਇਆ ਤਾਲ ਉਸ ਵੇਲੇ ਉਸ ਇਸੇ ਖਾਣੇ ਵਿਖਿਆ ਹੈ। ਖਰੋ ਹੋਏ ਬੋਲਿਓ ਦਿਸ ਬੇਰਾ, ਉੱਥੇ ਖੜ ਗਿਆ ਆਪਣੇ ਘੋੜੇ 'ਤੇ, ਆਪਣੇ ਸਿਪਾਹੀਆਂ ਨੂੰ ਹੁਕਮ ਦਿੰਦਾ, ਕਹਿਣ ਲੱਗਾ ਉਹ ਮੇਰੇ ਸਿਪਾਹੀਓ, ਮੇਰੀ ਗੱਲ ਸੁਣੋ ਧਿਆਨ ਦੇ ਨਾਲ, ਮੇਰਾ ਹੁਕਮ ਮੰਨਣਾ ਕਰੋ। ਲਾਜੋ ਸੰਗ ਜਾਟ ਕਿਆ ਦੇ, ਇਹ ਜਿਹੜਾ ਜੱਟ ਆਪਾਂ ਨਾਲ ਲਈ ਜਾਂਦੇ ਹਾਂ ਬੰਨ ਕੇ, ਕਪੂਰਾ ਜੱਟ ਸੀ ਨਾ, ਬਰਾੜ ਸੀਗਾ, ਬਰਾੜ ਉਹਦੀ ਗੋਤ ਸੀ ਅਤੇ ਜੱਟ ਉਹਦੀ ਜਾਤ ਹੈ। ਇਸੇ ਖਾਨ ਪਠਾਨ ਨੇ ਆਖਿਆ ਵੀ ਇਹ ਜੱਟ ਨੂੰ ਆਪਾਂ ਬੰਨ ਕੇ ਲਈ ਜਾਂਦੇ ਹਾਂ, ਇਹਦਾ ਫਾਇਦਾ ਕੀ ਆਪਾਂ ਨੂੰ, ਆਪਾਂ ਐਵੇਂ ਇਹਦਾ ਵੀ ਨਾਲ ਭਾਰ ਚੁੱਕਦੇ ਪਏ ਹਾਂ, ਇਹਨੂੰ ਬੰਨ ਕੇ ਲਿਜਾਣ ਦਾ ਫਾਇਦਾ ਨਹੀਂ ਹੈ। ਆਸ਼ੀਰਵਾਦ ਨਾ ਛੋੜਨ ਇਹ, ਅਤੇ ਦੂਜੀ ਰਾਜਨੀਤੀ ਇਹ ਕਹਿੰਦੀ ਹੈ ਵੀ ਦੁਸ਼ਮਣ ਨੂੰ ਕਦੇ ਛੱਡਣਾ ਨਹੀਂ ਚਾਹੀਦਾ, ਇਹ ਹੈ ਸਾਡਾ ਦੁਸ਼ਮਣ, ਜੇ ਆਪਾਂ ਇਹਨੂੰ ਛੱਡ ਦਿੰਦੇ ਹਾਂ ਇਹ ਕੱਲ੍ਹ ਨੂੰ ਦੁੱਖ ਦੇਵੇਗਾ। ਅਤੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਹ ਜੱਟ ਹੈ, ਇਹਨੇ ਵੈਰ ਨਹੀਂ ਭੁਲਾਉਣਾ, ਇਹ ਅੱਜ ਨਹੀਂ ਅਤੇ ਕੱਲ੍ਹ ਬੰਦੇ ਇਕੱਠੇ ਕਰੇਗਾ, ਸਾਡੇ ਕੋਲੋਂ ਬਦਲਾ ਲਵੇਗਾ। ਅਤੇ ਜੱਟ ਦੇ ਵੈਰ ਨੂੰ ਚੇਤੇ ਰੱਖਣਾ ਚਾਹੀਦਾ, ਇਸ ਕਰਕੇ ਇਹਨੂੰ ਮਾਰ ਜਾਨੋ ਮਾਰ ਦਿਓ, ਇਹਨੂੰ ਜਿਉਂਦਾ ਹੀ ਨਾ ਛੱਡੋ, ਨਾ ਇਹ ਜਿਉਂਦਾ ਰਹੇ ਨਾ ਇਹ ਕੱਲ੍ਹ ਨੂੰ ਬਦਲਾ ਲਵੇ, ਅਤੇ ਆਪਾਂ ਜਿਉਂਦਾ ਰੱਖਣਾ ਹੀ ਕਾਹਤੋਂ ਹੈ। ਇਹਨੂੰ ਦਿਓ, ਇਹਦੇ ਗਲ ਵਿੱਚ ਰੱਸੀ ਪਾਓ, ਅਤੇ ਆਹ ਸੁੱਕਾ ਜਿਹਾ ਰੁੱਖ ਲੋਤਾ ਇਹ ਰੁੱਖ ਦੇ ਨਾਲ ਬੰਨ ਕੇ ਟੰਗ ਦਿਓ, ਇੱਥੇ ਇਹਨੂੰ ਫਾਈ ਲਾ ਕੇ ਮਾਰ ਦਿਓ। ਇਸ ਤਰ੍ਹਾਂ ਇਸੇ ਖਾਨ ਨੇ ਉਸ ਵੇਲੇ ਹੁਕਮ ਕੀਤਾ ਹੈ। ਜਾਂਦੇ ਹੈ ਦਰਖਤ ਜੋ ਖਰੇ, ਉਸ ਵੇਲੇ ਇੱਕ ਦਰੁੱਖ ਖਲੋਤਾ ਸੀ ਸੁੱਕਾ ਜਿਹਾ ਕਿੱਕਰ ਦਾ, ਆਪਣੇ ਸਿਪਾਹੀ ਨੂੰ ਕਹਿੰਦਾ ਵੀ ਚੜ੍ਹ ਜਾ ਭੱਜ ਕੇ ਉੱਪਰ ਅਤੇ ਰੱਸਾ ਪਾ, ਉੱਪਰ ਦੀ ਲਿਆ ਕੇ ਟਾਣ ਦੇ, ਰੱਸਾ ਪਾ ਕੇ ਅਤੇ ਇਹਨੂੰ ਬੰਧਨਾ ਕਰੋ, ਫਾਹੇ ਇਸੇ ਚੜ੍ਹਾਵਨ ਕਰੋ, ਅਤੇ ਇਹਨੂੰ ਹੁਣ ਫਾਹੇ ਚੜ੍ਹਾ ਦਿਓ, ਮਾਰ ਦਿਓ, ਅਤੇ ਮਾਰ ਕੇ ਆਪਾਂ ਚੱਲੀਏ, ਇਹ ਜਿਉਂਦਾ ਨਹੀਂ ਰਹੇਗਾ, ਮਰ ਜਾਏਗਾ ਅਤੇ ਫਿਰ ਆਪਣਾ ਇਹਨੇ ਕੀ ਵਿਗਾੜ ਲੈਣਾ ਹੈ। ਸੁਣ ਪਠਾਨ ਕੋ ਹੁਕਮ ਸਿਧਾਏ, ਜਦੋਂ ਆਪਣੇ ਮਾਲਕ ਦਾ ਹੁਕਮ ਸੁਣਿਆ, ਨੌਕਰ ਛੇਤੀ ਨਾਲ ਰੱਸਾ ਲੈ ਕੇ ਆਏ, ਇੱਕ ਦੋ ਬੰਦੇ ਕਿੱਕਰ 'ਤੇ ਵੀ ਚੜ੍ਹ ਗਏ, ਉਹਨਾਂ ਨੇ ਉਸ ਵੇਲੇ ਰੱਸਾ ਪਾ ਦਿੱਤਾ ਹੈ। ਪਾਏ ਹੇਤ ਕਪੂਰਾ ਲਿਆਏ, ਕਪੂਰੇ ਨੂੰ ਗੱਡੇ ਵਿੱਚ ਬਿਠਾਇਆ ਸੀ ਇਹਨਾਂ ਨੇ, ਅਤੇ ਗੱਡੇ ਤੋਂ ਚੁੱਕੇ ਥੱਲੇ ਉਤਾਰਿਆ ਵੀ ਆ ਜਾ ਕਪੂਰਿਆ, ਤੇਰਾ ਅਨੰਤ ਆ ਗਿਆ ਹੀ, ਹੁਣ ਤੈਨੂੰ ਫਾਹੀ ਲਾ ਕੇ ਮਾਰਨਾ। ਕਪੂਰਾ ਸੋਚਦਾ ਹੈ ਵੀ ਛੱਡਣਾ ਤਾਂ ਮੈਨੂੰ ਇਹਨਾਂ ਨੇ ਨਹੀਂ, ਮਾਰ ਤਾਂ ਇਹਨਾਂ ਨੇ ਮੈਨੂੰ ਦੇਣਾ ਹੈ, ਜੇ ਇਹਨਾਂ ਨੇ ਮੈਨੂੰ ਫਾਹੀ ਲਾ ਕੇ ਮਾਰ ਦਿੱਤਾ ਤਾਂ ਮੈਨੂੰ ਸ਼ਰਾਫ ਇਹ ਮਿਲਿਆ ਵੀ ਮੇਰੇ ਮੂੰਹ ਦੇ ਉੱਪਰ ਗੰਦਗੀ ਦਾ ਕੱਪੜਾ ਪਾਉਣਾ ਹੈ, ਇਹਨਾਂ ਨੇ ਗੰਦਗੀ ਦਾ ਕੱਪੜਾ ਪਾਉਣਾ ਨਹੀਂ, ਮੈਨੂੰ ਇਹਨਾਂ ਨੇ ਫਾਹੀ ਲਾ ਕੇ ਮਾਰ ਦੇਣਾ। ਜੇ ਮੈਂ ਮਰ ਗਿਆ ਮੈਨੂੰ ਅਗਲੀ ਵਾਰੀ ਫਿਰ ਜਨਮ ਮਿਲੇਗਾ, ਅਤੇ ਦੂਜੀ ਵਾਰੀ ਫਿਰ ਮੇਰੇ ਮੂੰਹ ਦੇ ਉੱਪਰ ਗੰਦਗੀ ਦਾ ਕੱਪੜਾ ਪਾ ਕੇ ਦੂਜੀ ਵਾਰੀ ਫਿਰ ਫਾਹੀ ਲੱਗਣਾ ਪਵੇਗਾ, ਉਹ ਸ਼ਰਾਫ ਜਿਹੜਾ ਮਿਲਿਆ ਪੂਰਾ ਤਾਂ ਹੋਵੇਗਾ ਨਾ, ਜੇ ਇਸ ਜਨਮ 'ਚ ਨਹੀਂ ਹੋਇਆ ਤਾਂ ਫਿਰ ਅਗਲੇ ਜਨਮ 'ਚ ਪੂਰਾ ਕਰਨਾ ਪਵੇਗਾ। ਕਪੂਰਾ ਫਿਰ ਇਹ ਗੱਲ ਸੋਚ ਕੇ ਕਹਿਣ ਲੱਗਾ ਵੀ ਤੁਸੀਂ ਮੈਨੂੰ ਮਾਰ ਤਾਂ ਦੇਣਾ ਹੀ ਹੈ, ਮੈਨੂੰ ਫਾਹੀ ਤੁਸੀਂ ਲਾ ਦੇਣਾ, ਫਾਹੀ ਲਾ ਦਿਓ ਕੋਈ ਗੱਲ ਨਹੀਂ, ਪਰ ਮੇਰੀ ਇੱਕ ਆਖਰੀ ਤਮੰਨਾ ਹੈ। ਇਹਨਾਂ ਨੇ ਪੁੱਛਿਆ ਵੀ ਕੀ ਤਮੰਨਾ, ਕਹਿਣ ਲੱਗਾ ਵੀ ਇਹ ਗੰਦਗੀ ਦਾ ਟੋਕਰਾ ਪਿੰਡ ਵਿੱਚੋਂ ਲੈ ਕੇ ਆਓ, ਵਿਸ਼ਟਾ ਲੋਕਾਂ ਦੀ ਇਕੱਠੀ ਕਰਕੇ ਨਾ ਗੰਦਗੀ, ਉਹ ਲੈ ਕੇ ਆਓ। ਉਹਨਾਂ ਨੇ ਪੁੱਛਿਆ ਵੀ ਉਹਦਾ ਕੀ ਕਰਨਾ, ਕਹਿੰਦਾ ਕੱਪੜੇ 'ਤੇ ਪਾ ਕੇ ਮੇਰੇ ਮੂੰਹ ਦੇ ਉੱਪਰ ਚੰਗੀ ਤਰ੍ਹਾਂ ਬੰਨ ਦਿਓ ਅਤੇ ਫਿਰ ਮੈਨੂੰ ਫਾਹੀ ਲਾ ਕੇ ਮਾਰੋ, ਮਾਰਨਾ ਤਾਂ ਤੁਸੀਂ ਹੈ, ਫਿਰ ਮੇਰਾ ਸ਼ਰਾਫ ਵੀ ਤਾਂ ਪੂਰਾ ਕਰੋ ਨਾ, ਮੁੜ ਕੇ ਉਹ ਸ਼ਰਾਫ ਵਾਸਤੇ ਫਿਰ ਦੁਬਾਰਾ ਜਨਮ ਲੈਣਾ ਪਵੇਗਾ। ਇਸ ਤਰ੍ਹਾਂ ਕਪੂਰੇ ਨੇ ਇਹਨਾਂ ਫਾਹੀ ਲਾਉਣ ਵਾਲਿਆਂ ਨੂੰ ਆਖਿਆ ਹੈ। ਇਹ ਹੁਣ ਇਸੇ ਖਾਂ ਦੇ ਸਿਪਾਹੀ ਇਹਦੇ ਨਾਲ ਕੀ ਕਰਦੇ ਨੇ, ਇਹ ਪ੍ਰਸੰਗ ਆਪਾਂ ਕੱਲ੍ਹ ਨੂੰ ਫਿਰ ਅੱਗੇ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫ਼ੀ, ਲੇਖਾ ਕਥਾ ਹੈ ਨਾ ਛੂਟੀ ਹੈ, ਬਖਸ਼ਣ ਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਦੀ ਬੇਨਤੀ ਹੈ, ਆਪ ਸੰਗਤਾਂ ਦੀ ਸੇਵਾ ਵਾਸਤੇ ਨਵੇਂ ਏਸੀਆਂ ਦੀ ਸੇਵਾ ਹੋਈ ਹੈ, ਜਿਹੜੀਆਂ ਸੰਗਤਾਂ ਆਪਣੀ ਕਮਾਈ ਦਾ ਦਸਵੰਧ ਦੇਣਾ ਚਾਹੁੰਦੀਆਂ ਹਨ ਉਹ ਸੰਗਤਾਂ ਦਸਵੰਧ ਦੇ ਕੇ ਆਪਣੀ ਕਮਾਈ ਸਫਲੀ ਕਰ ਸਕਦੀਆਂ ਹਨ। ਵਾਹਿਗੁਰੂ